वाहेगुरु जी की फतेह। धन धन साहिब श्री गुरु ग्रंथ साहिब जी की पावन हजूरी विच बड़े ही अदब के नाल शाम के दीवाना दिया हाजरियां आप जी भर रहे हो। आओ इस कीमती समय का लाहा खटिए। चल रही लड़ीवार कथा दे विचों आप जी ने सरवण कीता सी, धन धन गुरुदेव गुरु अंगद देव महाराज उच्चे सिंघासन ते बैठे ने। लखां की गिणती विच संगतां दा इकट्ठ है, हर पासे वैराग दीआं झड़ियां लगियां ने। संस्कार लई लकड़ां समग्री कच्चे कोठे नूं लिपिया गया, आसर बिछाया गया दब दा गुशा दा। हुक्म कीता श्री अमरदास जी नूं गागरा दे नाल इश्नान कराया जावे। सोहणे वस्त्र पा के साडी हजूरी विच लै आओ। आखीर हुक्म कीता साडे पुत्रां ते परिवार नूं भी हाजर करो। ये सारा वर्तारा वर्ते है, फिर पातशाह श्री अमरदास जी उपदेश बख्शिश कर रहे भी तुसी साडा रूप हो। विछोड़े की वार्ता हुण जीवन विचों विसार दिओ, क्योंकि विछोड़ा उन्हां दा हुंदा जो दूजे हुंदे ने। जो निज का रूप होना विछोड़ा नहीं होना। इन्हां सारे प्रकरणों नूं आप जी ने बड़े विस्तार सहित सुनिया। आओ मन बिरतियां नूं एकाग्र बनाइए। प्रेम दी पाओ सांझ, गज वज के आखो जी सतनाम श्री गुरु साहिब जी। सतनाम श्री वाहे गुरु साहिब जी। तारक मंत्र सबन पर छाया, वाहे गुरु मुख जाप जपाया। गुरुदेव सतगुरु श्री गुरु अंगद देव महाराज परम प्यारे अमरदास जी कोल बिठा के आखन लगे, तुसी वाहिगुरु का रूप हो। वाहिगुरु का नाम सारे मंत्रां तो श्रोमणी मंत्र है। जिन्हां ने इस नाम नूं जपिया है, इस मंत्र नूं जपिया है, उन्हां ते दुनिया का कोई टूना टावन, जग की कोई करामात शक्ति कर्म नहीं करती। इस करके भाई ये सारे तो वड्डा मंत्र है, तुसी संगत नूं इह जपो।
उपदेश बख्शिश करियो सिखां नूं, धर्म दा प्रचार करियो। ਸਾਡੇ ਤੋਂ ਹੇ ਅਗਰਨੋ ਨਿਧ ਦੂਜੀ ਦਿਸ਼ ਭਿਖ ਅਸ਼ਟ ਦਸ਼ੋ ਸਿੱਧ। ਸਤਿਗੁਰੂ ਕਹਿੰਦੇ ਵੇਖੋ ਤੁਹਾਡੇ ਸੱਜੇ ਪਾਸੇ ਰਿਧੀਆਂ ਖੜੀਆਂ, ਖੱਬੇ ਪਾਸੇ ਨੌ ਰਿਧੀਆਂ। ਇੱਕ ਵਾਰ ਅਮਰਦਾਸ ਜੀ ਚਾਤ ਕੇ ਵੇਖੋ ਹੀ ਨਾ, ਇਹ ਦਾਸੀਆਂ ਨੇ ਤੁਹਾਡੀਆਂ, ਤੁਹਾਡੇ ਹੁਕਮ ਦੀਆਂ ਵਧੀਆਂ ਨੇ, ਹਰ ਵੇਲੇ ਅਰਦਾਸ ਕਰਦੀਆਂ ਨੇ ਪਾਤਸ਼ਾਹ ਸਾਨੂੰ ਕੋਈ ਹੁਕਮ ਦੇ ਦਿਓ। ਜਦੋਂ ਇਹ ਬਚਨ ਗੁਰੂ ਅੰਗਦ ਦੇਵ ਜੀ ਨੇ ਆਖਿਆ ਨਾ ਵੀ ਇਹਨਾਂ ਦੀ ਤਰਫ ਵੇਖੋ, ਐਡੇ ਤਿਆਗੀ ਸਨ ਗੁਰੂ ਅਮਰਦਾਸ ਮਹਾਰਾਜ, ਰਿਧੀਆਂ ਸਿੱਧੀਆਂ ਵੱਲ ਵੇਖਿਆ ਹੀ ਨਹੀਂ। ਕਿਉਂ ਨਹੀਂ ਵੇਖਿਆ? ਉਹ ਜਾਣਦੇ ਨੇ ਜਿਨ੍ਹਾਂ ਚੀਜ਼ਾਂ ਦੀ ਜ਼ਿੰਦਗੀ ਵਿੱਚ ਜ਼ਰੂਰਤ ਨਹੀਂ ਉਹਨਾਂ ਵੱਲ ਵੇਖਣਾ ਵੀ ਕੀ ਆ। ਆਖੋ ਸਤਿਨਾਮ, ਕਿੰਨਾ ਸੌਖਾ ਸਕੂਨ ਹੈ ਜੋ ਅਸੀਂ ਲੈ ਨਹੀਂ ਸਕਦੇ ਜਾਂ ਜੋ ਅਸੀਂ ਵਰਤਣਾ ਨਹੀਂ ਚਾਹੁੰਦੇ, ਉਹਦੇ ਵੱਲ ਵੇਖ ਵੇਖ ਮਨ ਦੇ ਫੁਰਨੇ ਕਿਉਂ ਪੈਦਾ ਕਰਨਗੇ। ਅੱਜ ਬਹੁਤ ਖੁਸ਼ ਹੈ ਸਰ, ਜਿਹਨਾਂ ਚੀਜ਼ਾਂ ਦੀ ਸਾਨੂੰ ਕੋਈ ਲੋੜ ਨਹੀਂ, ਪਰ ਲੋਕਾਂ ਕੋਲ ਵੇਖ 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 ਅਸੀਂ ਅੰਦਰ ਦੀ ਕਲਪਨਾ ਬਣਾ ਲਈ, ਅੰਦਰ ਦੀ ਇੱਛਾ ਬਣਾ ਲਈ, ਉਹ ਇੱਛਾ ਨੇ ਹੁਣ ਦੁੱਖ ਨੂੰ ਜਨਮ ਦਿੱਤਾ ਹੋਇਆ। ਬੇਵਜ੍ਹਾ ਸਭ ਕੁਝ ਸਾਹਮਣੇ ਖੜੇ ਆ, ਨੌ ਨਿਧੀਆਂ 18 ਸਿੱਧੀਆਂ ਹੱਥ ਜੋੜ ਖੜੀਆਂ ਨੇ। ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਵੱਲ ਵੇਖਣਾ, ਉਹਨਾਂ ਵੱਲ ਤੱਕਣਾ ਵੀ ਮੁਨਾਸਬ ਜਾਣਿਆ ਨਹੀਂ। ਸਨਮੁਖ ਖਰੀ ਲਕਸ਼ਮੀ ਤੇਰੇ, ਸੁਰਗ ਦਰਬ ਕਿਨਰ ਗਨ ਹੇਰੇ। ਪਾਤਸ਼ਾਹ ਕਹਿੰਦੇ ਵੇਖੋ ਤੁਹਾਡੇ ਸਾਹਮਣੇ ਲਕਸ਼ਮੀ ਦੁਨੀਆਂ ਦੀ ਮਾਇਆ ਹੱਥ ਜੋੜ ਕੇ ਖੜੀ ਹੈ, ਤੁਹਾਡੀ ਪਿੱਠ ਦੇ ਪਿੱਛੇ ਗੰਧਰਵ ਖੜੇ। ਗੰਧਰਵ ਕੌਣ ਨੇ? ਦੇਵਤਿਆਂ ਦੇ ਗੀਤਕਾਰ ਰਾਗੀ ਸਵਰਗ, ਉਹ ਹੱਥ ਜੋੜ ਜੋੜ ਤੁਹਾਡੇ ਪਿੱਛੇ ਖੜੇ ਨੇ। 33 ਕਰੋੜ ਦੇਵੀ ਦੇਵਤਾ ਤੁਹਾਡੇ ਚਰਨਾਂ ਦੀ ਧੂੜੀ ਲੋਚਦਾ ਏ। ਵਿਦਿਆ ਧਰ ਆਦਿਕ ਸਭਿਆਏ, ਆਗਿਆਕਾਰੀ ਤੁਮ ਸਮਦਾਏ। ਸਾਰਾ ਵਿਸ਼ਵ ਸਾਰਾ ਜਹਾਨ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਆਗਿਆ ਦੇ ਵਿੱਚ ਹੈ। ਵਿਦਿਆ ਧਰ ਵਰਗੇ ਦੇਵਤਿਆਂ ਦੇ ਵਿਦਵਾਨ ਤੁਹਾਡੇ ਇੱਕ ਅੱਖ ਦੇ ਫਰਕੇ ਦੀ ਉਡੀਕ ਵਿੱਚ ਹਨ। ਨਿਤ ਸਿੱਧ ਬਾਬਾਂਗ ਸਿੱਧ ਸਾਨੂੰ ਕਬੂਲ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ, ਸੱਜੇ ਖੱਬੇ ਰਿਧੀਆਂ ਸਿੱਧੀਆਂ ਭੱਜੀਆਂ ਫਿਰਦੀਆਂ ਨੇ, ਪਰ ਮੇਰੇ ਸਤਿਗੁਰੂ ਐਡੇ ਵਿਰਾਗੀ ਤੇ ਤਿਆਗੀ ਸੀ, ਕਦੇ ਇਹਨਾਂ ਵੱਲ ਨੇਤਰ ਭਰ ਕੇ ਨਹੀਂ ਵੇਖਿਆ। ਇੱਕ ਸਾਡੀ ਜ਼ਿੰਦਗੀ ਹੈ, ਅਸੀਂ ਲੋਕਾਂ ਦੇ ਜੀਵਨ 'ਚ ਹੀ ਝਾਤ ਮਾਰਦੇ ਰਹਿੰਦੇ ਹਾਂ, ਕਿਹਨੇ ਕੀ ਖਾਧਾ, ਕਿਹਨੇ ਕੀ ਪਾਇਆ, ਕਿਹੜਾ ਕਿੱਥੇ ਸੁੱਤਾ, ਕਿਹੜਾ ਕਿਉਂ ਨਹੀਂ ਗਿਆ। ਇਹ ਨਿੰਦਕ ਬੰਦੇ ਦੀ ਵਾਰਤਾ, ਉਹਦਾ ਸੁਭਾਵ ਹੁੰਦਾ ਹੈ ਲੋਕਾਂ ਦੇ ਘਰਾਂ 'ਚ ਝਾਤ ਮਾਰ ਕੇ ਵੇਖੀ ਜਾਣੀ, ਆਪਣੀ ਪ੍ਰਾਈਵੇਸੀ ਰੱਖੀ ਜਾਣੀ। ਤਕਰੀਬਨ ਸਾਡੀ ਸਾਰਿਆਂ ਦੀ ਹਾਲਤਾਂ 'ਚ ਇਹੀ ਬਣੀ ਹੋਈ ਹੈ, ਅਸੀਂ ਲੋਕਾਂ ਬਾਰੇ ਪੁੱਛੀ ਜਾਣਾ, ਲੋਕਾਂ ਬਾਰੇ ਵੇਖੀ ਜਾਣਾ, ਲੋਕ ਕੀ ਕਰਦੇ, ਕਿੱਥੇ ਕੀ ਕਰਦੇ ਆ। ਪਰ ਵੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਆ, ਰਿਧੀਆਂ ਸਿੱਧੀਆਂ ਤੁਹਾਡੇ ਸਾਹਮਣੇ ਖੜੀਆਂ ਨੇ, ਕੰਮ ਲਓ ਇਹਨਾਂ ਤੋਂ, ਹੁਕਮ ਕਰੋ। ਕਹਿੰਦੇ ਪਾਤਸ਼ਾਹ ਮੈਂ ਲੈਣਾ ਕੀ ਆ। ਆਖੋ ਸਤਿਨਾਮ, ਜੇ ਆਪਾਂ ਸੋਚਣ ਲੱਗ ਗਈਏ ਨਾ ਜੀਵਨ ਦੇ ਹਾਲਾਤਾਂ ਉੱਤੇ ਵੀ ਆਹ ਜਿਹੜਾ ਕੰਮ ਮੈਂ ਕਰਦਾ ਇਹ 'ਚ ਮੈਨੂੰ ਲਾਭ ਕੀ ਹੈ, ਉਦਲੇ ਸਮਝ ਆ ਵੀ ਮੈਂ ਕਿਸੇ ਦੀ ਬੁਰਾਈ ਕਰਨ ਲੱਗਾ ਇਸ ਬੰਦੇ ਕੋਲ, ਇਹ ਬੰਦੇ ਨੇ ਮੈਨੂੰ ਕੀ ਦੇ ਦੇਣਾ, ਅਤੇ ਜਿਹਦੀ ਮੈਂ ਬੁਰਾਈ ਕਰਨ ਲੱਗਾ, ਜੇ ਮੈਂ ਉਹਦੀ ਚੰਗਿਆਈ ਵੀ ਕੀਤੀ ਬੁਰਾਈ ਵੀ ਕੀਤੀ ਤਾਂ ਇੱਥੇ ਮੈਂ ਕੀ ਖੜ ਲੈਣਾ। ਉਹਦੀ ਸਮਝ ਆ ਜਾਂਦੀ ਹੈ ਵੀ ਇਹ ਫੋਕਟ ਗੱਲਾਂ ਨੇ, ਇਹਨਾਂ ਵਿੱਚ ਆਪਣੇ ਜੀਵਨ ਦੇ ਕੀਮਤੀ ਸਵਾਸ ਜੋ ਡਾਕਟਰ ਨਹੀਂ ਦੇ ਸਕਦੇ, ਇੱਕ ਇੱਕ ਕੀਮਤੀ ਸਾਹ ਜੋ ਵੱਡੇ ਤੋਂ ਵੱਡਾ ਹੋਸਪਿਟਲ ਨਹੀਂ ਦੇ ਸਕਦਾ, ਤੇ ਬੰਦਾ ਉਹ ਲੋਕਾਂ ਦੀਆਂ ਬੁਰਾਈਆਂ 'ਚ ਹੀ ਖਰਾਬ ਕਰ ਲੈਂਦਾ। ਸਤਿਨਾਮ, ਹਰ ਵੇਲੇ ਹੀ ਖਚਤ ਕਰ ਰਿਹਾ ਤੇ ਸਵਾਸ ਇੱਕ ਇੱਕ ਨਾਲ ਜਿਉਣਾ ਸੀ, ਜੀਵਨ ਨੂੰ ਬੰਨਣਾ ਸੀ,
ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਵੇਖੋ ਤੇ ਸਹੀ ਅੱਖਿਆ ਹੀ ਰਦੀਆਂ ਸਦੀਆਂ ਕੀ ਇਹਨਾਂ ਤੋਂ ਕੀ ਲੈਣਾ ਏ ਇਨ ਲੋਕ ਮੇ ਮੁਖ ਮਹਾਨੇ ਸਾਕਰ ਜੋਰ ਖਰੀ ਅਗਵਾਨੇ ਸਾਨੂੰ ਕਹਿੰਦੇ ਤਿੰਨੇ ਲੋਕ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੇ ਆ ਹੁਕਮ ਕਰਦੇ ਹੋ ਤਿਆਗ ਏਡਾ ਵੱਡਾ ਸਭ ਕੁਝ ਹੁੰਦਿਆਂ ਵੀ ਕਿਸੇ ਚੀਜ਼ ਦੀ ਚਾਹਤ ਨਹੀਂ ਜਿੰਨਾ ਤੁਹਾਡੇ ਸਾਡੇ ਜੀਵਨ ਵਿੱਚ ਤਿਆਗ ਹੋਏਗਾ ਅਸੀਂ ਓਨੇ ਹੀ ਸੁਖੀ ਹਾਂ ਅੱਜ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਦੀ ਜੇ ਵੇਖਿਆ ਜਾਵੇ ਵਧੀਆ ਰੋਟੀ ਖਾ ਰਹੇ ਚੰਗੇ ਘਰ ਬਾਰ ਨੇ ਵਧੀਆ ਸਾਡੇ ਕੋਲ ਗੱਡੀਆਂ ਨੇ ਚੰਗੇ ਲੋਕਾਂ ਨਾਲ ਉੱਠਣੀ ਬੈਠਣੀ ਹੈ ਅਸੀਂ ਫਿਰ ਕਿਉਂ ਮਰੇ ਪਏ ਹਾਂ ਜਾਂ ਤਾਂ ਘਰ ਨਾ ਹੋਵੇ ਰੋਟੀ ਖਾਣ ਲਈ ਮਾਇਆ ਨਾ ਹੋਵੇ ਫਿਰ ਤੇ ਬੰਦਾ ਰੋਂਦਾ ਚੰਗਾ ਲੱਗਦਾ ਹੈ ਸਭ ਕੁਝ ਹੁੰਦਿਆਂ ਹੋਇਆ ਵੀ ਅਸੀਂ ਦੁਖੀ ਤੇ ਡਿਪਰੈਸ਼ਨ ਚ ਹਾਂ ਇਹ ਫਿਰ ਕਮੀ ਦੁਨੀਆਂ ਚ ਹੈ ਨਹੀਂ ਸਾਡੇ ਚ ਹੈ ਕਿਉਂ ਅਸੀਂ ਕਦੇ ਆਪਣੇ ਕੋਲ ਨਹੀਂ ਬੈਠੇ ਅਸੀਂ ਲੋਕਾਂ ਕੋਲ ਹੀ ਬੈਠੇ ਰਹੇ ਜਮਾਨੀ ਨੂੰ ਨੋਟਿਸ ਕਰਦੇ ਰਹੇ ਦੁਨੀਆਂ ਨੂੰ ਵੇਖਦੇ ਰਹੇ ਤਿਆਗ ਵੇਖੋ ਗੁਰੂ ਅਮਰਦਾਸ ਜੀ ਦਾ ਗੁਰੂ ਕਹਿ ਰਹੇ ਗੁਰੂ ਅੰਗਦ ਦੇ ਵੀ ਵੇਖ ਲਓ ਇਹਨਾਂ ਵੱਲ ਤਰਸ ਦੀ ਨਜ਼ਰ ਕਰਦੇ ਹੋ ਉਹਨਾਂ ਇਸ ਕਰਕੇ ਨਹੀਂ ਤੱਕਿਆ ਅੱਜ ਇਹਨਾਂ ਵੱਲ ਵੇਖਾਂਗੇ ਇਹ ਕਹਿਣਗੇ ਪਾਤਸ਼ਾਹ ਸਾਨੂੰ ਸੇਵਾ ਦਿਓ ਕਿਸੇ ਇੱਕ ਨੂੰ ਸੇਵਾ ਦਾ ਮੌਕਾ ਦੇਵਾਂਗੇ ਉਹ ਹੋਰ ਨੇੜੇ ਆ ਜੂ ਉਹ ਰਿੱਧ ਸਿੱਧ ਕਹੂਗੀ ਪਾਤਸ਼ਾਹ ਮੈਨੂੰ ਹੁਣ ਪ੍ਰਵਾਨ ਕਰ ਲਓ ਅਸੀਂ ਜਦ ਤੱਕ ਕਿਸੇ ਨੂੰ ਜਾਣਦੇ ਨਹੀਂ ਕੋਈ ਸਾਨੂੰ ਬਣਾਉਂਦਾ ਜਿੱਦਣ ਅਸੀਂ ਇੱਕ ਵਾਰ ਸਤਿ ਸ੍ਰੀ ਅਕਾਲ ਕਰ ਲਈ ਇੱਕ ਵਾਰ ਕਿਸੇ ਨਾਲ ਬੋਲ ਪਏ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਮੈਨੂੰ ਬਣਾਉਂਦਾ ਕਿਉਂ ਹੈ ਮਜਬੂਰੀ ਹੋ ਨਾ ਚਾਹੁੰਦੇ ਆ ਵੀ ਬੋਲਣਾ ਪੈਂਦਾ ਨਾ ਚਾਹੁੰਦੇ ਆ ਵੀ ਝੱਲਣਾ ਹੀ ਪੈਂਦਾ ਕਈ ਵਾਰੀ ਕਿਉਂਕਿ ਮਨੁੱਖ ਫਿਰ ਅੱਗੇ ਵਧਦਾ 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 ਵਧੀ ਜਾਂਦਾ ਹੈ ਗੁਰੂ ਸਾਹਿਬ ਜਾਣਦੇ ਆ ਗੁਰੂ ਅਮਰਦਾਸ ਮਹਾਰਾਜ ਇਹ ਰਿੱਧੀਆਂ ਸਿੱਧੀਆਂ ਫੇਰ ਕਹਿਣਗੀਆਂ ਸਾਨੂੰ ਗੁਰੂ ਘਰ ਥਾਂ ਦੇ ਦਿਓ ਪਾਤਸ਼ਾਹ ਸਾਨੂੰ ਸੇਵਾ ਦਿਲਾ ਦਿਓ ਪਰ ਸਤਿਗੁਰੂ ਕੀ ਕਹਿੰਦੇ ਆ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਇਹ ਬਚਨ ਗੁਰੂ ਅਮਰਦਾਸ ਕਹਿੰਦੇ ਰਿੱਧੀਆਂ ਸਿੱਧੀਆਂ ਤੇ ਮੋਹ ਦਾ ਬੁਲੰਦਾ ਹੈ ਜਿਹੜਾ ਇਹਨਾਂ ਦਾ ਮੋਹ ਪਾਲੂ ਨਾਮ ਜਪ ਸਕਦਾ ਸੁਭਾਵਿਕ ਗੱਲ ਹੈ ਧੀ ਪੁੱਤ ਨਾਲ ਮੋਹ ਕਰਨ ਵਾਲਾ ਬੰਦਾ ਕਦੇ ਰੱਬ ਲਈ ਸਮਾਂ ਨਹੀਂ ਕੱਢ ਸਕਦਾ ਕੌਣਾ ਸੱਚ ਹੈ ਜੀ ਨਹੀਂ ਕੱਢ ਸਕਦਾ ਭਾਵੇਂ ਮੈਂ ਜਾਂ ਕੋਈ ਤੇ ਜਦੋਂ ਮੋਹ ਪਿਆ ਹੋਊਗਾ ਨਾ ਉੱਥੇ ਹੀ ਵਿਹਲ ਨਹੀਂ ਮਿਲਦੀ ਰੋਟੀ ਬਣਾ ਲਈ ਖਾ ਲਈ ਫਿਰ ਬਣਾ ਲਈ ਫਿਰ ਖਾ ਲਈ ਕੱਪੜੇ ਲੈ ਲਏ ਪਾ ਲਏ ਧੋਲੇ ਧਵਾ ਲਏ ਘੁੰਮ ਫਿਰੇ ਆਏ ਗੱਡੀ ਧਵਾਇਆ ਏ ਬਿਸਤਰੇ ਵਿਛਾ ਲਏ ਇੱਥੇ ਲੰਘ ਜਾਂਦੀ ਤੇ ਜਦ ਜਿਹਦਾ ਰਿੱਧੀਆਂ ਸਿੱਧੀਆਂ ਦਾ ਮੋਹ ਪੈ ਗਿਆ ਉਹ ਨਾਮ ਕਿੱਥੇ ਜਪ ਲੂਗਾ ਭਗਤੀ ਦੀਆਂ ਸਟੇਜਾਂ ਨੇ ਜਦੋਂ ਤੁਸੀਂ ਬੰਦਗੀ ਕਰਦੇ ਹੋ ਤੁਹਾਡੇ ਬਚਨ ਸੱਚੇ ਹੋਣ ਲੱਗ ਪੈਂਦੇ ਆ ਤੁਹਾਡੇ ਪਿੱਛੇ ਮਾਇਆ ਦਾ ਪਰਛਾਵਾ ਭਾਵ ਅਮੀਰ ਲੋਕ ਫਿਰਨਗੇ ਫਿਰਨਗੇ ਉਹ ਜਿਹਨਾਂ ਕੋਲ ਪਾਪ ਦੇਖੋ ਜੀ ਸੁਖੀ ਬੰਦਾ ਤੇ ਆਪਣੇ ਘਰ ਬੈਠੋ ਨੇ ਕੀ ਲੈਣਾ ਸੁਖੀ ਕੌਣ ਹੈ ਚਾਹੇ ਗਰੀਬ ਹੋਵੇ ਭੱਜਿਆ ਕਿਹੜਾ ਫਿਰਦਾ ਕਰੋੜਾਂ ਰੁਪਈਆ ਕੋਲੇ ਹੈ ਪਰ ਸ਼ਾਂਤੀ ਹੈ ਨੀ ਉਹ ਕਹਿੰਦਾ ਬਾਬਾ ਜੀ ਕਿਰਪਾ ਕਰ ਦਿਓ ਜੀ ਪਰਿਵਾਰ ਕਾਬੂ ਤੋਂ ਬਾਹਰ ਹੈ ਬੱਚੇ ਕਹਿਣਾ ਨਹੀਂ ਮੰਨਦੇ ਭਾਈ ਕਰੋੜਾਂ ਰੁਪਈਆ ਮਨਾ ਲਾ ਇਹਦੇ ਨਾਲ ਕਹਿਣਾ ਉਹ ਕਹਿੰਦਾ ਇਹ ਤੇ ਦੇਖਦੇ ਤੂੰ ਉਹਦੀ ਇੱਜ਼ਤ ਨਹੀਂ ਕਰਦੇ ਪਾਪ ਦੁੱਖ ਔਗਣ ਨੇ ਗੁਨਾਹ ਨੇ ਮਨੁੱਖ ਦੇ ਆਪਣੇ ਨੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਕਰਕੇ ਤਿਆਗ ਰੱਖਦੇ ਨੇ ਤੁਸੀਂ ਜਿੰਨਾ ਕਿਸੇ ਚੀਜ਼ ਨਾਲ ਅਟਰੈਕਟ ਹੁੰਦੇ ਜਾਓਗੇ ਜਿੰਨਾ ਜੁੜਾਵ ਕਰਦੇ ਜਾਓਗੇ ਉਨੀ ਗਹਿਰੇ ਫਸ ਜਾਓਗੇ ਮੋਹ ਚ ਡੁੱਬ ਕੇ ਵੇਖੋ ਦੁਨੀਆਂ ਰੋਂਦੀ ਗਈ ਇੱਥੋਂ ਮਰਦੀ ਹੋਈ ਵੀ ਮੈਂ ਕੀ ਨਹੀਂ ਕੀਤਾ ਸੀ ਆਪਣਿਆਂ ਦੇ ਲਈ ਕਿਸੇ ਆਪਣੇ ਨੇ ਮੁੜ ਕੇ ਬੜੇ ਸਿਵੇ ਤੋਂ ਬਾਅਦ ਵੀ ਹਾਂ ਜੀ ਤੁਸੀਂ ਆਖੋ ਸਤਨਾਮ ਗੁਰਬਾਣੀ ਨੇ ਸਾਨੂੰ ਪੈਰ ਪੈਰ ਤੇ ਸਮਝਾਇਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਰਿੱਧੀਆਂ ਸਿੱਧੀਆਂ ਤੋਂ ਕੀ ਲੈਣਾ ਦੇਵੀ ਦੇਵਤਿਆਂ ਨਾਲ ਤੇ ਮੇਰਾ ਕੰਮ ਕੋਈ ਨਹੀਂ ਅੱਜ ਕੋਲੇ ਆਉਣਗੇ ਇਹ ਤਾਂ ਉਹ ਹੈ ਕੱਲ ਨੂੰ ਇਹਨਾਂ ਦੀ ਇੱਕ ਇੱਛਾ ਪੂਰੀ ਕਰਾਂਗੇ ਫਿਰ ਹੋਰ ਕਰਨੀ ਪਊਏ ਹੋਰ ਨੇੜੇ ਆ ਜਾਣਗੇ ਮੁੜ ਕੇ ਇਹ ਅਹਿਸਾਨ ਕਰਨਗੇ ਤੁਸੀਂ ਕਿਸੇ ਦਾ ਕੰਮ ਕਰਾ ਕੇ ਵੇਖੋ ਬੰਦਾ ਸਾਰੀ ਜ਼ਿੰਦਗੀ ਅਹਿਸਾਨ ਕਰਦਾ ਹੈ ਮੈਂ ਤੇ ਜੀ ਤੁਹਾਡੇ ਔਖੇ ਵੇਲੇ ਕੰਮ ਆਇਆ ਸੀ ਮੈਂ ਤੇ ਤੁਹਾਡੇ ਨਾਲ ਖੜਿਆ ਸੀ ਅੱਜ ਭੁੱਲ ਗਏ ਤੁਸੀਂ ਉਹਦੇ ਸਾਰ ਤੇ ਜਦ ਕੋਈ ਸਾਧੂ ਗੁਰਸਿੱਖ ਬੰਦਗੀ ਕਰਦਾ ਕਰਦਾ ਇਹਨਾਂ ਦੇ ਜਾਲ 'ਚ ਫਸ ਜਾਂਦਾ ਹੈ ਬਸ ਫਿਰ ਉਹ ਰੱਬ ਤੱਕ ਨਹੀਂ ਪਹੁੰਚਦਾ ਆਖੋ ਸਤਨਾਮ ਲੋਕਾਂ 'ਚ ਵਡਿਆਈ ਬਹੁਤ ਹੁੰਦੀ ਲੋਕ ਮੱਥੇ ਬਹੁਤ ਟੇਕਦੇ ਜਮਾਨਾ ਅੱਗੇ ਪਿੱਛੇ ਤੁਰਿਆ ਫਿਰਦਾ ਪਾਪੀ ਲੋਕ
मायाधारी। पर सच्ची वह बंदा रब तो डिसकनैक्ट हो जाता है, नेड़े तेड़े भी नहीं रहता। बाणी ने क्या रित सिद्ध सब मोह है नाम ना बस है मारे आए। ताई दे मर्द ने क्या भी रिद्धियां सिद्धियां दे कॉन्सेप्ट नु छड़ दे, इन्हां चीजां वल ना दौड़ी कि फलाना की कर दिंदा फलाना की कर दिंदा है। अज इत्थे इन्ना तो मेंटलिज्म पढ़न वाले दसी जांदे आ ना, अजकल लोकां च बड़ा रौला पिया होया भी फलाना बाबा जी दिल दी दस दिंदा जी, वह भरे लोगों के बैठे नु कहिंदा उठो जी फलाना कर गया है। वह कोई वड्डी गल नहीं, मेंटलिज्म दी रहे है। पढ़दा को प्यार समझ आ लू की है। पर गुरु कलगीधर ने लिखा है कहते लोग योजे हो हथा उत्ते सरों रख्या करे तो बूटे से फल आ जाए। मेरे खालसे ने उन्होंने वेख के भी कदे रब तो विश्वास दिलाना नहीं। आखो सब नाम ऐडा विशा पक्का होना चाहिए। अजे तो असं यही सूहा लगते फिरते हैं कि फलानी थान से इन्नी बार मसिया ला लागे आ हो जाता है, आ फलाने बाबे को गए सी जी पुछया दिती है आ हो जूगा जी। अज इत्थे साडी सुरत खड़ी है। पर गुरु अमरदास महाराज वेखो किड्डे वड्डे ने, किन्ने बेअंत ने, रिद्धियां सिद्धियां की सिफारिश गुरु कर रहे हैं। वो कहते महाराज मैनू लोड़ नहीं है, मैं बाहर नहीं चला, मैनू नहीं चाहिए। स्पष्ट कह दिता पातशाह तुहाडे दीदार चाहिए, तुहाडी संगत चाहिए है। नित अधीन रहन दे विचारो नमो करत इन दिशा निहारो। पातशाह कहते तरले करते वेख लो इन्हां वल एक बारी नजर भर के। कहते नहीं पातशाह मैं इन्हां विच उलझना नहीं चाहुंदा, दुनिया की हर चीज उलझा मैं। खेडा विच फसे बच्चे गेमां खेलदे जिहड़े उन्हां कर नहीं सकदे, जद मर्जी तो फोन फड़ लो रोन लग जाएंगे रोटी छड़ जाएंगे की करोगे। एक जाल है नशे च फसे बंदे नूं कढ के वेख लो, वो कहिंदा नशा माड़ा है, नहीं नहीं हुंदा जाल है। माड़े कम्मां च फसे बंदे नूं लख सुधारन दा कोशिश ते यतन करन नहीं सुधर सकदा क्योंकि जाल च फसे है। मोह च फसे बंदे नूं लख रब दीआं गल्लां सुणा लो, लख भगती करा लो, वो फिर कहिंदा कहिंदा बाबा जी तुसीं दा वेलो मैनूं ते बच्चे उड़ीकदे आ तो सब नाम मेरे बिना ते रोटी नहीं खांदे हो। मैं एक दिन घर ना जावा वो तो सौंदे नहीं सारी रात। रिद्धियां सिद्धियां जब पिछे लग जाड़ा रिशा लैके कितने जाए क्योंकि रिद्ध सिंह को आ गई शक्ति थोड़े को आई थोड़े पैर कट्टे जाने हंकार हो जाने कि लोग मैनू मत्था टेकते लोग सानू स्पैशल आखते साढ़े ते वचन पूरे होंगे आ। जिदण ये हंकार आ गया बंदे आ तू रब का शरीक बन के बह जाएगा दुश्मन बन जाएगा रब का बनते हैं लोग। रावण को रदिया सदिया सी उन्हें राम को भी खेड जाने लक्ष्मण को भी खेड जाने हनुमान को भी खेड जाने वो टिचरा ही करता सी सारे उदे जनी भगती कर सकता कोई। अज तक दुनिया ते जमया नहीं कोई, बहुत बड़ा शब्द है जग ते अज तक कोई नहीं जमया जिन्हें रावण जिनी घोर तपस्या कीती होवे। आखो सब नाम रही दुनिया तक नहीं होना। किसी को चार वेदां की गल छड़ो, वेदां दी चार पंक्तियां याद नहीं संस्कृत दियां, मूल जवाबी कंठ सी वक्ता सी वेदां दा जात दा पंडित सी भगती उहदे जिहड़ा दान लंका वर्गियां चीजां भी दान करन दी समर्था रखदा सी, एडा दानी बंदा सी उह। पर मोह फस गया, हंकार जा गया ना, फिर ये चीजा नूं लै बैठी कलियां लै नहीं बैठियां, ना रावण दी लंका रही ते ना उहदी इज्जत रही। आखो सब नाम सिर्फ इक मोह, मोह कहदा सी धीआं पुत्तां दा मोह नहीं सी उन्हों वो सी अपनी रिद्धियां सिद्धियां दा भी जो मैं कह दिना हो जाता है। मैं मौत बन ली पावेगा, मैं देवी देवते काबू च कर ले कड़ियां वड्डियां शक्तियां उहदे कोणियां जी। इत्थे ते एक देवते नूं ध्यान पिछे लोकी सारी जिंदगी फिरी जांदे, उहने बंधे होए सी कैद कीते होए 33 करोड़ बंदे आ ना, किड्डी वड्डी उहदी भगती होऊगी जिहने राजे इंद्र नूं भी अपने घरे पोचे ते रखिया होया। आपो सब नाम सोचो ते सही कड़ी भगती होनी उस इंसान की। बस वो लै बैठा हंकार, लै बैठा भरावान का वो आ गया, हंकार आ गया मन में
ਗੁਰੂ ਅਮਰਦਾਸ ਪਾਤਸ਼ਾਹ ਇਸੇ ਕਰਕੇ ਇਹਨਾਂ ਵੱਲ ਨਹੀਂ ਵੇਖਦੇ ਵੀ ਇਹ ਰਿੱਧੀਆਂ ਸਿੱਧੀਆਂ ਭਗਤੀ ਬੰਦਗੀ ਤੇ ਰੱਬ ਦੇ ਘਰ ਦੇ ਰਾਹ ਦਾ ਰੂਰਾ ਨੇ। ਤੇ ਜੇ ਅੱਜ ਦੇ ਸਮੇਂ ਨਾ ਸੱਚੀ ਜਦੋਂ ਤੁਸੀਂ ਬਾਣੀ ਪੜੋਗੇ ਤੁਹਾਨੂੰ ਕੋਈ ਆ ਕੇ ਵੀ ਫਲਾਣਾ ਬਾਬਾ ਤੇ ਆਇਆ ਕਹਿ ਕੇ ਕੰਮ ਕਰ ਦਿੰਦਾ ਹੈ, ਜੇ ਸੱਚੀ ਤੁਸੀਂ ਗੁਰੂ ਕੇ ਸਿੱਖ ਹੋ ਨਾ ਤੁਸੀਂ ਅਗਰ ਛੱਡ ਜਾ ਵੀ ਆਪਾਂ ਕੀ ਆਪਾਂ ਬਾਣੀ ਪੜੀਏ। ਤੇ ਜੇ ਹੋਈ ਭੇਡ ਕਹਿੰਦਾ ਮੈਨੂੰ ਗੋਲੀ ਲੈ ਜਾ ਤੇਰਾ ਕਰਾਇਆ ਮੈਲਾ ਨੂੰ ਕਰਾ ਦੇ ਕੁਛ ਸਾਡਾ ਫਲਾਣਾ ਪਲਾਟ ਦੱਬਣਾ ਦਬਾ ਦੇ ਯਾਰ ਕਹਿ ਬਾਬੇ ਨੂੰ ਬਣਾ ਅਸੀਂ ਇੱਥੇ ਇਹ ਤੋਂ ਵੱਧ ਅਸੀਂ ਸੋਚ ਨਹੀਂ ਸਕਦੇ ਕਿਉਂਕਿ ਜਿਹਦੀ ਸੋਚ ਗੰਦਗੀ 'ਚ ਫਸੀ ਹੋਵੇ ਹੁਣ ਕੋਈ ਸੂਰ ਨੂੰ ਆਖੇ ਵੀ ਲੈ ਵੀ ਸੂਰਾ ਗੱਲ ਸੁਣ ਤੈਨੂੰ ਅੱਜ ਤੋਂ ਬਾਅਦ ਗੁਲਾਬ ਦੀਆਂ ਪੱਤੀਆਂ ਚਿੱਟੀ ਚਾਦਰ 'ਤੇ ਵਿਛਾ ਕੇ ਰੱਖਣਾ ਡਿਊਡਰੈਂਟ ਲੱਗੇ ਖਾਣ ਪੀਣ ਨੂੰ ਸਾਰਾ ਕੁਛ ਮਿਲੂ ਉਹਨੂੰ ਜਿੰਨਾ ਮਰਜ਼ੀ ਬਿਠਾ ਲਓ ਫਿਰ ਗੰਦਗੀ 'ਚ ਜਾ ਡਿੱਗੂ। ਬੰਦੇ ਦੀ ਵਿਰਤੀ ਹਮੇਸ਼ਾ ਲੈਣ 'ਚ ਫਸੀ ਹੈ ਕੋਈ ਵੀ ਹੋਵੇ ਗੁਰੂ ਦੀ ਕਿਰਪਾ ਤੋਂ ਬਿਨਾਂ ਇਨਸਾਨ ਗੁਲਾਮੀ ਰਹਿੰਦਾ ਸਾਨੂੰ ਕੋਈ ਮੋਹ ਦਾ ਗੁਲਾਮ ਹੈ ਕੋਈ ਹੰਕਾਰ ਦਾ ਗੁਲਾਮ ਹੈ ਕੋਈ ਕਾਮ ਦਾ ਗੁਲਾਮ ਹੈ ਕੋਈ ਕ੍ਰੋਧ ਦਾ ਗੁਲਾਮ ਫਸਿਆ ਮੈਂ ਕੀ ਕਰਾਂ ਜੀ ਮੈਨੂੰ ਗੁੱਸਾ ਆ ਜਾਂਦਾ ਮੈਂ ਤੇ ਛੱਡਣਾ ਚਾਹੁੰਦਾ ਮੈਂ ਕੀ ਕਰਾਂ ਜੀ ਮੇਰਾ ਮਨ ਰੂਪ ਵੇਖ ਕੇ ਬੇਈਮਾਨ ਹੋ ਜਾਂਦਾ ਜੀ ਮੈਂ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਇਹ ਕੰਮ ਹੋ ਜਾਂਦੇ ਵਿਰਤੀ ਹੈ ਨਾ ਫਸਿਆ ਹੁੰਦਾ। ਚੁਗਲਖੋਰ ਨੂੰ ਜਿੰਨਾ ਮਰਜ਼ੀ ਕਹਿ ਲਓ ਕਹਿੰਦੇ ਨਾ ਚੁਗਲਖੋਰ ਨਾ ਚੁਗਲੀਓ ਆਵਾਜ਼ ਆਉਂਦੇ ਗੱਲ ਕਹਿੰਦੇ ਆ ਜਿੰਨਾ ਮਰਜ਼ੀ ਸਮਝਾ ਲਿਓ ਜਾਂਦੇ ਜਾਂਦੇ ਇਸ਼ਾਰਾ ਜਿਹਾ ਕਰ ਜਾਂਦੇ ਇਹੋ ਜਿਹਾ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਦੇ ਬਚਨ ਨੂੰ ਵੀ ਇਹ ਕਹਿ ਰਹੇ ਆ ਸਤਿਗੁਰੂ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ ਇਹ ਮੇਰਾ ਮਾਰਗ ਨਹੀਂ ਹੈ ਦੇਖੋ ਕਿੱਡਾ ਵੱਡਾ ਤਿਆਗ ਹੈ ਪਰ ਇੱਕ ਅਸੀਂ ਹਾਂ ਲੜਾਈ ਕਿਸੇ ਦੀ ਹੁੰਦੀ ਹੈ ਗਵਾਹ ਅਸੀਂ ਬੜੇ ਬੰਦੇ ਹੁੰਦੇ ਹਾਂ ਗੱਲਬਾਤ ਕਿਸੇ ਦੀ ਹੈ ਵਿਚੋਲੇ ਆਪਾਂ ਹੁੰਦੇ ਹਾਂ ਕਿਉਂ ਨਾ ਸੁਖੀ ਜੀਵਨ ਅਪਣਾਈਏ ਲੋਕਾਂ ਨੂੰ ਲੋਕਾਂ ਤੱਕ ਰਹਿਣ ਦੀ ਲੋਕਾਂ ਦੀਆਂ ਸਿਰਦਾਰੀਆਂ ਲੋਕਾਂ ਤੱਕ ਛੱਡੋ ਯਾਰ ਆਪਾਂ ਕਿਉਂ ਕਿਸੇ ਦੀ ਬੁਰਾਈ ਕਰਨੀ ਕਿਉਂ ਕਿਸੇ ਦੀ ਨਜ਼ਰ ਕਰਨੀ ਇੱਕ ਇੱਕ ਕੀਮਤੀ ਸਾਹ ਜਿਹੜੇ ਡਾਕਟਰ ਨਹੀਂ ਦੇ ਸਕਦੇ ਹੋਸਪਿਟਲ ਨਹੀਂ ਦੇ ਸਕਦੇ ਉਹ ਲੋਕਾਂ ਦੀ ਨਿੰਦਿਆ ਤੇ ਕਿਉਂ ਕਰਨੀ ਕਿਉਂ ਕਿਸੇ ਨੂੰ ਮਾੜਾ ਕਿਉਂ ਕਿਸੇ ਨੂੰ ਮਾੜਾ ਕਹਿਣ ਨਾਲ ਉਹ ਰੱਬ ਨੂੰ ਵੱਡਾ ਕਹਿਣ ਲੱਗੇ ਕਿੱਡੀ ਵੱਡੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਦਾ ਇਤਿਆਗ ਵੇਖ ਸਿੱਖ ਸੰਗਤਾਂ ਹੈਰਾਨ ਤੇ ਗੁਰੂ ਪੁੱਤਰ ਬਾਬਾ ਦਾਤੂ ਤੇ ਦਾਸੂ ਹੈਰਾਨ ਨੇ ਵੀ ਇੰਨਾ ਕੁਝ ਹੁੰਦਿਆਂ ਹੋਇਆ ਕਿਹੋ ਜਿਹੇ ਸੇਵਾਦਾਰ ਨੇ ਕਿਹੜੇ ਵੇਖਦੇ ਵੀ ਨਹੀਂ ਤਬ ਸੇ ਅਮਰਨ ਮਿਲਣ ਹੋਏ ਕਹਿਓ ਇਨ ਸੋ ਮੈਂ ਕੁਛ ਕਾਮ ਨ ਲਹਿਓ ਜਦੋਂ ਸਾਧੂਰਾਂ ਨੇ ਬਚਨ ਆਖੇ ਪੁੱਤਰਾਂ ਦੇ ਸਾਹਮਣੇ ਵਿਖਾਇਆ ਪੁੱਤਰਾਂ ਨੂੰ ਵੀ ਤਿਆਗ ਵੇਖੋ ਕਿੱਡਾ ਵੱਡਾ ਕਿਤੇ ਭੁਲੇਖੇ ਚ ਰਹੋ ਵੀ ਸੇਵਕ ਨੂੰ ਗੁਰਗੱਦੀ ਬਖਸ਼ੀ ਹੈ ਬਾਬਾ ਅਮਰਦਾਸ ਗੜ ਪੱਲਾ ਪਾ ਕੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਲਈ ਇਹ ਸਾਰੀਆਂ ਚੀਜ਼ਾਂ ਨਿਕਮੀਆਂ ਨੇ ਇਹਨਾਂ ਦੀ ਮੈਂ ਨਿਕਮਾ ਹੋ ਸਕਦਾ ਮੈਨੂੰ ਲੋੜ ਹੈ ਨੀ ਇਹਨਾਂ ਮੈਂ ਲੈਣਾ ਕੀ ਹੈ ਇਹਨਾਂ ਤੁਸੀਂ ਇਹ ਸੋਚ ਕੇ ਆਪਣੀ ਜ਼ਿੰਦਗੀ ਬਣਾ ਕੇ ਚੱਲੋ ਵੀ ਮੈਂ ਲੋਕਾਂ ਦੀਆਂ ਗੱਲਾਂ ਤੋਂ ਕੀ ਲੈਣਾ ਯਾਰ ਮੈਨੂੰ ਕਿਸੇ ਨੇ ਕੀ ਦੇ ਦੇਣਾ ਜਦੋਂ ਕਮਾਉਣਾ ਅਸੀਂ ਹੈ ਖਾਣਾ ਅਸੀਂ ਹੈ ਕਿਸੇ ਨੇ ਕੀ ਦੇਣਾ ਕੁਛ ਵੀ ਨਹੀਂ ਕੱਖ ਵੀ ਨਹੀਂ ਮਿਲਦਾ ਉਤਨੇ ਸਮਝ ਆ ਜਾਣੀ ਬੰਦੇ ਨੂੰ ਪਰ ਅਸੀਂ ਸਮਝਣਾ ਨਹੀਂ ਚਾਹੁੰਦੇ ਮਰਦ ਨੇ ਸਪਸ਼ਟ ਕਹਿ ਦਿੱਤਾ ਸੱਚੇ ਪਾਤਸ਼ਾਹ ਮੇਰਾ ਇਹਨਾਂ ਨਾਲ ਲਗਾਓ ਕੋਈ ਮੈਨੂੰ ਇਹ ਰਸਤੇ ਦਾ ਰੋੜਾ ਲੱਗਦੇ ਆ ਜੇ ਤੁਸੀਂ ਕਿਰਪਾ ਕਰਦੇ ਹੋ ਇਹਨਾਂ ਤੋਂ ਦੂਰ ਹੀ ਰੱਖੋ ਕਰੋ ਕਹਾ ਮੈਂ ਇਨਕੋ ਲੋਰ ਬਸੋ ਜਿਦੇ ਪਦ ਪੰਕਜ ਤੋਰ ਪਾਤਸ਼ਾਹ ਇਹਨਾਂ ਦੀ ਲੋੜ ਮੈਨੂੰ ਨਹੀਂ ਮੈਨੂੰ ਤੇ ਲੋੜ ਪਾਤਸ਼ਾਹ ਤੇਰੇ ਚਰਨਾਂ ਦੀ ਆਖੋ ਸਤਨਾਮ ਹਿਰਦੇ ਵਸੋ ਮੇਰੇ ਪਾਤਸ਼ਾਹ ਆਪਣਾ ਰੂਪ ਮੇਰੇ ਸੀਨੇ ਚ ਵਸਾ ਦਿਓ ਮੈਂ ਇਹਨਾਂ ਤੋਂ ਕੀ ਲੈ ਆ ਦੁਨੀਆਂ ਤੇ ਜਿੰਨੇ ਤੁਰੇ ਫਿਰਦੇ ਨਾ ਪਿਆਰ ਪਿਓਰ ਜੀ ਦੀਆਂ ਗੱਲਾਂ ਕਰਨ ਵਾਲੇ ਇਹ ਸਭ ਦੇ ਲੱਛਣ ਵੇਖ ਲਿਓ ਤੁਹਾਨੂੰ ਸਮਝ ਆ ਜਾਣਗੇ ਜੱਡਾ ਮਰਜ਼ੀ ਪਤੀ ਪਤਨੀ ਦਾ ਪਿਆਰ ਹੋਵੇ ਅੱਜ ਦੇ ਸਮੇਂ ਦੀ ਕਹਿ ਲਓ ਲਵ ਮੈਰਿਜ ਹੋਵੇ ਜਦ ਕਿਸੇ ਨੂੰ ਵਧੀਆ ਆਪਸ਼ਨ ਮਿਲ ਗਈ ਨਾ ਵੀ ਇੱਥੇ ਨਾਲੋਂ ਉੱਥੇ ਬੈਸਟ ਹੈ ਵੈਰੀ ਵੈਰੀ ਐਕਸੀਲੈਂਟ ਹੈ ਅਗਲਾ ਝੱਟ ਛੱਡ ਕੇ ਉਹ ਜਾਂਦਾ ਹੈ ਜਿੱਦਣ ਧੀਆਂ ਪੁੱਤਾਂ ਨੂੰ ਪਤਾ ਲੱਗਦਾ ਵੀ ਘਰਦਿਆਂ ਨਾਲੋਂ ਵੱਧ ਤੇ ਐਸ਼ ਫਲਾਣੀ ਖਾਂਦੇ ਆ ਇੱਥੇ ਤੇ ਰੋਕਦੇ ਆ ਚੱਲ ਉੱਧਰ ਚੱਲੀਏ ਉੱਥੇ ਕਮਾਵਾਂਗੇ ਖਾਵਾਂਗੇ ਮੌਜਾਂ ਕਰਾਂਗੇ ਕਿਸੇ ਨੂੰ ਨਹੀਂ ਪਤਾ ਲੱਗਦਾ ਮਾਪੇ ਬੈਠੇ ਰੋਈ ਜਾਂਦੇ ਯਾਰ ਬੱਚੇ ਆ ਗਿਆ ਹੋ ਜਾਂਦਾ ਉਸ ਵੇਲੇ ਸਤਿਗੁਰਾਂ ਨੇ ਇਹ ਸਾਰਾ ਹੀ ਵਿਖਾਤਾ ਪਾਤਸ਼ਾਹ
मैनू इन्हां दी लोड़ नहीं, मैनू सिर्फ तेरी लोड़ है, तेरे दिदारियां दी लोड़ है। बाबा दातू ते बाबा दासू हक्के वटी हो गए, वो सोचते भी जे पिता जी सानू कहना आप झट कठिया कर लिए सानू कह दी सीधी आप झटते हैं। नेत्रा च अथरू आ गए, महाराज तेरे बिना जीना जीना नहीं है, तुहाडे दर्शना तो बिना साडा समा गुजरदा नहीं। सबके मन की जानो स्वामी, जिम बरत तिम अंतर जामी। पातशाह तुसी अंतर जामी दिलां दी सब जानदे हो, जिवे तुसी वरतदे हो सानू उहो ही चंगा लगदा। मैं बिलकुल देखे नींद ना आए, हालत तो प्रेम तो यह है, जग के पदार्थों की कोई लोड़ नहीं। इन्निया रिधिया सिद्धियां मर्द ने कहा पुरखा तेरे को ने गुरु बन लगे, तो आप होंगे जी आप छड़ते कुछ, आप कहना सी बाबा जी जल्द जल्द आ भी दे दियो जी मुक्त की। तो सरकार कणक देवे लोग चंगिया भलिया गड्डिया हूँ वो लाई गड़े होंगे, कहते दो गोरिया इधर रख दे सब कुछ होता, चंकी पेंशन करे सब कुछ आ रहे, अंदर भीख मंगा सुभा थोड़ा जा सकता, अंदर का मन तो थोड़ी मर सकता, जरा दर दर से मंगने लिए मजबूर है लोगों बेशर्म कर दिता। पर वेखो पातशाह की खेड, कोल बैठे कई सिख भी सोचते भी एडा त्याग क्यों है जी, सतगुरु कहते आरतियां सीधिया तुम बख्शिया, यह कहीं मेरी लोड़ नहीं ना, मैनू मत थोड़ी लोड़ है। ये सच्ची जो सिख के गुरु के अज वर्णन हो रही है, जाते मेरे मन की जान बसोर दे नित काख महान। परे दरबार च मंगिया मेरे मन की एको इच्छा पातशाह मेरे हिरदे विच वसो, हिरदे ही वसो मन माही, मैनू नहीं चाहिए। जो ये वचन गुरु अंगद देव महाराज ने सुने ना तिप तिप अखां चो अथरू आ गए, सुलासन दे वेख रहे आ पुत्र की मंगदे आ सेवक की मंगदे, पुत कहते गद्दी दे दिओ, सेवक कहना महाराज अपने चरण दे दिओ, मैनू दर्शना तो वांझे ना रखियो, फिर दे विच वासा करो। श्री अंगद सुन पुन समझाएव, बिना कहे ए सब ढिगे आएव। जदों गुरु अंगद दे महाराज ने सुनिया भी इन्हां जवाब दे दारे दीआं सिद्धियां तो जवाब, ओ लोकी मुफ्त दा जहर मिलदा होवे ओही छड्डदे आ, कहते काम पर सतगुरां नूं सब कुछ मिल रहा है। तो फिर गुरु अंगद देव जी नूं हार के कहना पिया, कहते महापुरशो ये बिना मंगिया असीं तुहानूं बख्शिश दे रूप विच बख्श रहे हां, को सतनाम रिधियां सिद्धियां तुहाडी रजा ते रहणगियां, तुसीं मालक हो जाते सृष्टि दे मालक, सृष्टि दे मालक नूं हर कोई नहीं जानदा, जानूंगा वो जिहदी अवस्था उत्थे तक आ गई, दुनिया के मालिक नूं जानना केड़ा कोई, इत्थे ते कोई दुनियावी जी कंपनी होवे उहदे मालिक दा नहीं पता लगता, पहला कोई डायरेक्टर बैठा हुंदा फिर कोई सीईओ बना बैठा हुंदा, बाद च जाके पता लगता भी शेयर शोर पा के फलाना बंदा मालिक है, वह भी किसी को पता लगता, पर वह रब जी ने दुनिया साजी है जी वो बारे कौन जान सकता है, इसे करके दुनिया नूं भंबड़ भूसे ते पाया ना रब नहीं पाया होया, उन्हें अपने वर्गे नाम के कई लोग योजे बनाते लोग उन्होंने पिछले लड़ते फ्री जो कहते आ रब है, दूजा कहते नहीं नहीं आ नहीं आओ रब है साते धर्म वाला रब है, ये भटकाया भी परमात्मा ही होया, क्यों वो जानता है जो सारे मैनू मन लग गए तो नरक रहने दुनिया में बैलेंस रखना ना, नरक स्वर्ग सुख दुख दिन रात उन्हें इसे लिए किया भी इस स्टेज पर पहुंचना बहुत औखा है, ये लैवल क्रॉस करना बड़ा औखा है, गुरु अंगद देव पातशाह जी ने फिर आख्या कहते महापुरशो ये स्वीकार ना करो, ये नाम त्यागो ना, करने हर आज्ञा नित तेरी सगल पातेन शक्त वडेरी। देखो ये शक्तियां तुहाडे दरबार च सदा रहणगियां, इन्हां नूं वरत्यो ना वरत्यो तुहाडी मौज है, मौज मतलब साडे वल्लों ये तुहानूं तोहफा है, ਤੁਸੀਂ ਇਹਨੂੰ ਅਪਣਾਓ ਨਾ ਅਪਣਾਓ ਤੁਹਾਡੀ ਮੌਜ ਹੈ, ਇਹਦਾ ਭਾਵ ਇਹ ਹੈ ਤੁਸੀਂ ਇਹ ਕਰਾਮਾਤ ਸ਼ਕਤੀਆਂ ਰੱਖੋ, ਚਿੱਤ ਕੀਤਾ ਵਰਤ ਲਿਓ, ਸੇਵਾ ਲਾ ਦਿਓ, ਇਹਨਾਂ ਦੀ ਉਹ ਚ ਮਾਇਆ ਵੀ ਖੜੀ ਹੈ, ਗੰਧਰਵ ਖੜੇ ਨੇ, ਵਿਦਿਆ ਧਰ ਖੜੇ ਆ, ਸਾਰੇ ਦੇਵਤੇ 33 ਕਰੋੜ ਖੜੇ ਆ, ਰਿਧੀਆਂ 9 ਨੇ,
18 सदियां ने सब तुरियां कर दी, पीछे पीछे तुरियां कर दी, पर गुरु अमरदास महाराज कहते पातशाह मेरा ध्यान इधर नहीं, मेरी सुरत इधर नहीं, सुरत ते तेरे चरणों दे विच है। पर गुरु पातशाह कहते वरतियो ना वरतियो, लेखे लायो ना लायो, पर इन्हां नूं नाराज करो ना। चाहो कहो नहीं चाहो न कहिए, ये सब निकट अपनो लहिए। अपने नेड़े सदा जानियो, तम कहियो ना कहियो, क्योंकि तुसी मालिक हो, मालिक दी मर्जी है नौकर तो काम कराउणा जां नहीं कराउणा। मालिक नूं कहिंदे आ, मालिक नौकर दा कदे गुलाम नहीं हुंदा वी इहने इन्ने वजे आ जाणा मैनूं कोल खड़ना पैणा, उहदी मर्जी आ भाजा ओए अज नहीं। ਉਹ ਵੀ ਕਹਿ ਸਕਦਾ ਦੋ ਘੰਟੇ ਆਰਾਮ ਕਰ ਲਾ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਪੈਂਦਾ। ਉਹ ਵੀ ਕਹਿ ਸਕਦਾ ਜੇ ਆਰਾਮ ਨਾ ਕਰੀਆਂ ਵੀ ਕੰਮ ਕਰੇਗੀ ਮੇਰੇ ਸ਼ਗੂ ਤੇ, ਮਾਲਕ ਆ ਨਾ ਫਿਰ ਮਾਲਕ ਬੁਲਾਉਂਦੇ ਵੀ ਨੌਕਰ ਦੇ ਹਿਸਾਬ ਨਾਲ ਕੋਲ ਖੜੇ ਤੇ ਨੌਕਰ ਦੀ ਹਰ ਗੱਲ ਮੰਨੇ। ਉਹ ਕਾਹਦਾ ਮਾਲਕ ਆ ਜਿਹੜਾ ਨੌਕਰਾਂ ਨਾਲ ਬਹਿ ਕੇ ਚਾਹ ਪੀਵੇ, ਨੌਕਰਾਂ ਨਾਲ ਬਹਿ ਕੇ ਰੋਟੀ ਖਾਵੇ, ਨੌਕਰਾਂ ਦੀਆਂ ਗੱਲਾਂ ਸੁਣ ਕੇ ਮੰਨੀ ਚੱਲੇ ਜਿਵੇਂ ਉਹ ਸਲਾਹ ਦਿੰਦੇ ਫਿਰ ਤੇ ਮਾਲਕ ਨਹੀਂ ਨਾ ਹੋਇਆ। ਮਾਲਕ ਦਾ ਭਾਵ ਕੀ ਹੈ? ਤੂੰ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰ ਨਾ ਕਰ, ਜੇ ਤੇਰਾ ਚਿੱਤ ਕਰਦਾ ਮੇਰਾ ਨੁਕਸਾਨ ਕਰਦਾ ਕਰਦੇ ਹੋ, ਵੇਖੀ ਜਾਊਗੀ ਤੇਰੀ ਮਰਜ਼ੀ ਵੀ ਭਾਈ ਮੈਂ ਨੁਕਸਾਨ ਨਹੀਂ ਹੋਣ ਦੇਣਾ, ਮੈਂ ਤੇਰੇ ਤੋਂ ਵੱਢ ਲੈ, ਮਾਲਕ ਦੀ ਮਰਜ਼ੀ ਆ। ਸਤਿਗੁਰੂ ਕਹਿੰਦੇ ਤੁਸੀਂ ਹੌਲੀ ਹੌਲੀ ਇੰਚਾਰਜ ਹੋ, ਤੁਸੀਂ ਆਪ ਮਾਲਕ ਹੋ ਇਹਨਾਂ ਦੇ, ਇਹਨਾਂ ਤੋਂ ਕੰਮ ਲਓ ਨਾ ਲਓ, ਪਰ ਇਹਨਾਂ ਦਾ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਹੋਣਾ। ਆਖੋ ਸਤਨਾਮ ਰਿਤੀਆਂ ਸਿੱਧੀਆਂ ਗੱਲ ਇਹ ਨਹੀਂ ਕਹਿਣਗੀਆਂ ਵੀ ਮਰਦ ਤੁਸੀਂ ਸਾਨੂੰ ਵਰਤਿਆ ਹੀ ਕੋਈ ਨਹੀਂ ਜੀ, ਅਸੀਂ ਤੇ ਜੀ ਤੁਹਾਡੇ ਚਰਨਾਂ 'ਚ ਸੀ ਨਾ। ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋ, ਆਪ ਗੁਰੂ ਨਾਨਕ ਦਾ ਰੂਪ ਹੋ। ਸਕਲ ਜਗਤ ਕੋ ਤੁਜ ਗੁਰ ਕੀਨਾ, ਰਾਜ ਯੋਗ ਸਿੰਘਾਸਨ ਦੀਨਾ। ਇੱਥੇ ਤੁਹਾਨੂੰ ਰਾਜ ਯੋਗ ਸਿੰਘਾਸਨ ਬਖਸ਼ਿਸ਼ ਕੀਤਾ ਤੇ ਸਾਰੀ ਸ੍ਰਿਸ਼ਟੀ ਦੇ ਕਰਤਾ ਤੁਸੀਂ ਹੋ। ਫਿਰ ਬੇਨਤੀ ਕਰਾਂ ਵੀ ਰੱਬ ਨੂੰ ਜਣਾ ਖੜਾ ਨਹੀਂ ਪਛਾਣ ਸਕਦਾ, ਰੱਬ ਦੀਆਂ ਗੱਲਾਂ ਕਰਨ ਵਾਲੇ ਤੁਹਾਨੂੰ ਬਹੁਤ ਮਿਲਣਗੇ, ਮਿਲਦੇ ਰਹਿਣਗੇ, ਪਹਿਲਾਂ ਵੀ ਸੀ ਅੱਜ ਵੀ ਨਹੀਂ ਹੋਣਗੇ, ਪਰ ਹਰ ਇੱਕ ਦੇ ਕੋਲ ਰੱਬ ਦਾ ਹੀ ਹੁੰਦਾ, ਹਰ ਇੱਕ ਕੋਲ ਹੀ ਹੁੰਦਾ। ਇਹਦੀ ਗੁਰਬਾਣੀ ਨਹੀਂ ਹੈ, ਕਰੋੜਾਂ ਦੇ ਵਿੱਚ ਕੋਈ ਵਿਰਲਾ ਹੋਊਗੀ ਜਿਹੜਾ ਰੱਬ ਨਾਲ ਇੱਕ ਵੇ ਕੋ ਹੋਇਆ, ਜਿਹੜਾ ਰੱਬ ਦਾ ਰੂਪ ਬਣਿਆ ਹੋਇਆ। ਮੇਰੇ ਵਰਗੇ ਤੇ ਥਾਂ ਥਾਂ ਬੈਠੇ ਆ ਜੀ, ਰੱਬ ਆਏ ਹੁੰਦਾ, ਰੱਬ ਆਏ ਮਿਲਦਾ, ਆਏ ਰੱਬ ਨੂੰ ਆਏ ਕਰ ਲਓ, ਨਹੀਂ ਨਹੀਂ ਸਾਡੇ ਕਹਿਣਾ ਕੁਛ ਨਹੀਂ ਹੋਣਾ। ਜੋ ਸਤਿਗੁਰੂ ਕਹਿੰਦੇ ਆ, ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੋਣਾ, ਉਹਦੇ ਮੁਤਾਬਕੀ, ਕਿਉਂਕਿ ਉਹ ਜਾਣਦੇ ਆ ਉਹਨੇ ਜਨਮ ਦਿੱਤਾ, ਉਸੇ ਨੇ ਜ਼ਿੰਦਗੀ ਬਖਸ਼ੀ ਸਾਰਿਆਂ ਨੂੰ, ਉਸੇ ਨੇ ਸਵਾਸ ਖਿੱਚਣੇ ਆ, ਤੂੰ ਮੈਂ ਕੌਣਾ ਵਿੱਚ ਬਚਾਉਣੇ। ਪਰ ਸਾਡਾ ਸਾਰਿਆਂ ਦਾ ਜੋਰ ਅੱਜ ਧਰਮ 'ਚ ਇਹੀ ਲੱਗਾ ਹੋਇਆ ਵੀ ਮੇਰਾ ਪ੍ਰਚਾਰ ਨਵਾਂ ਜੀ, ਮੇਰੇ ਵਰਗਾ ਕੋਈ ਨਹੀਂ ਕਰਦਾ, ਮੈਂ ਸੱਚਾ ਸੀ ਰੌਲਾ ਹੀ। ਪਰ ਇਹ ਕਿਉਂ ਨਹੀਂ ਕਹਿੰਦੇ ਵੀ ਗੁਰੂ ਦਾ ਬਚਨ ਸੱਚਾ, ਗੁਰੂ ਦੀ ਬਾਣੀ ਸੱਚੀ, ਸਤਿਗੁਰ ਦਾ ਰਾਹ ਸੱਚਾ, ਅਸੀਂ ਕੀ ਅਸੀਂ ਕੁਛ ਵੀ ਹੈ ਜੀ। ਗੁਰੂ ਚਾਹੇ ਗੁੰਗਿਆਂ ਤੋਂ ਅਰਥ ਕਰਾ ਸਕਦਾ ਜੀ, ਜੇ ਗੁਰੂ ਚਾਹੇ ਕਿ ਉਹ ਵੱਡੇ ਵੱਡੇ ਵਿਦਵਾਨਾਂ ਨੂੰ ਗੁੰਗੇ ਬਣਾ ਸਕਦਾ, ਇਹ ਮੰਨਦੇ ਕਿਉਂ ਨਹੀਂ ਅਸੀਂ? ਸ਼ਰਧਾ। ਪਰ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਸੁਣ ਕੇ ਸੰਗਤਾਂ ਸੁਣ ਹੋ ਗਈਆਂ, ਬਾਬਾ ਬੁੱਢਾ ਜੀ ਹੈਰਾਨ ਹਨ ਵੀ ਐਡਾ ਵੱਡਾ ਤਿਆਗ ਅੱਗੇ ਇਹ ਕਿਉਂ ਕਰ ਰਹੇ ਨੇ ਤਿਆਗ। ਸਤਿਗੁਰਾਂ ਨੇ ਕਿਹਾ ਸੀ ਪੁਰਖਾਂ ਜਰ ਕੇ ਰੱਖਿਆ ਕਰ ਕਰਾਮਾਤ, ਤਾਂ ਬਸ ਉਹ ਬਚਨ ਘੁਮਾ ਲਿਆ, ਗੁਰਗੱਦੀ ਤੇ ਬਹਿ ਕੇ ਵੀ ਗੁਰੂ ਅਮਰਦਾਸ ਜੀ ਨੇ ਕਦੇ ਕਰਾਮਾਤ ਨਹੀਂ ਵਰਤਾਈ। ਆਖੋ ਸਤਨਾਮ, ਉਹ ਹੀ ਅੱਗ ਦੱਸਦੇ ਨੇ। ਸਤਿਗੁਰੂ ਕਹਿੰਦੇ ਰਾਜਯੋਗ ਤੱਕ ਸ੍ਰਿਸ਼ਟੀ ਦੇ ਕਰਤਾ ਮਾਲਕ ਹੋ ਤੁਸੀਂ, ਪਰ ਤੁਹਾਨੂੰ ਜਾਣਨ ਵਾਲੇ ਬੜੇ ਥੋੜੇ ਹੋਣਗੇ। ਸਤਿਆ ਨਾਮ ਕੋ ਸਿਮਰਨ ਸਾਰੇ, ਅਪਦੇਸ਼ੋ ਹੋਏ ਭਗਤ ਉਧਾਰੇ। ਆਪਣੇ ਭਗਤਾਂ ਦਾ ਉਧਾਰ ਕਰੋ ਤੁਸੀਂ, ਹੁਣ ਨਾਮ ਜਪਣ ਵਾਲੇ ਨਹੀਂ ਨਾਮ ਜਪਾਉਣ ਵਾਲੇ ਹੋ, ਤੁਸੀਂ ਆਪ ਵਾਹਿਗੁਰੂ ਹੋ, ਗੁਰੂ ਅੰਗਦ ਦੇਵ। ਸਤਿਗੁਰੂ ਕਹਿੰਦੇ ਸਾਡਾ ਤੇ ਹੁਣ ਵਜ਼ੂਦ ਕੋਈ ਨਹੀਂ, ਆ ਸਰੀਰ ਹੈ ਇਹ ਰੱਖਣਾ ਨਹੀਂ ਚਾਹੁੰਦੇ, ਸਾਡੀ ਜੋਤ ਤੇ ਤੁਹਾਡੀ ਜੋਤ ਸਮਾਈ ਹੋਈ, ਜੋਤੀ ਦਾ ਜੋਤ ਰਹੀ ਸੰਪੂਰਨਤਾ, ਸੰਪੂਰਨਤਾ ਦੇ ਇੱਧਰ ਹੋਈ। ਇਹ ਬਚਨ ਹੋ ਰਹੇ ਆ ਕਿਉਂਕਿ ਇਹ ਅੰਤਮ ਬਚਨ ਦੇ ਸਾਹਮਣੇ ਭਰੇ ਦਰਬਾਰ ਵਿੱਚ ਸੰਗਤਾਂ ਦੇ ਸਾਹਮਣੇ ਕੋਈ ਚੋਰ ਬੋਰੀ ਨਹੀਂ, ਕੋਈ ਛੁਪ ਕੇ ਨਹੀਂ, ਕੋਈ ਅੰਦਰ ਬਿਠਾ ਕੇ ਨਹੀਂ ਕਿਹਾ ਵੀ ਸੇਵਕਾ ਮੈਂ ਆਹ ਕੀਤਾ ਤੂੰ ਆਹ ਕਰ ਲੈਂਦਾ। ਪੁੱਤਰਾਂ ਦੇ ਸਾਹਮਣੇ, ਪਰਿਵਾਰ ਦੇ ਸਾਹਮਣੇ, ਸਤਿਗੁਰਾਂ ਦੇ ਪਤਨੀ ਬੈਠੇ ਆ, ਮਾਤਾ ਕੀ ਵੀ ਸਾਡੇ ਨੇਤਰਾਂ 'ਚ ਉਹਨਾਂ ਦੇ ਅਥਰੂ ਨੇ ਵਿਰਾਗ ਦੇ। ਪਾਤਸ਼ਾਹ ਸੰਗਤ ਦੀ ਸੇਵਾ ਤੁਹਾਡੇ ਵਾਸਤੇ ਕਰਦੇ ਸੀ, ਤੁਸੀਂ ਤਾਂ ਦਾ ਪ੍ਰਤਿਆਗ ਕਰਕੇ ਵਿਛੋੜਾ ਦੇ ਕੇ ਚੱਲੇ ਹੋ, ਪਰ ਕੋਈ ਕੰਮ ਨਹੀਂ, ਕੋਈ ਮੋਹ ਨਹੀਂ ਪਤੀ ਵਾਲਾ,
प्रेम परमात्मा वाले, क्योंकि परिपूर्ण आत्मा से ब्रह्म ज्ञानी माता की रूप से परमेश्वर रूप साधा कदे भी उन्होंने किसी सिख सेवक नहीं सीखा। सारी जिंदगी कली मिठी खीर नहीं खवाई, उन्होंने बचन भी अमृत खीर जैसे सन बोलते नहीं, बहुत घट बोलते, कभी देखे नहीं किसी ने कानून साहब उन्होंने बोलते। यह होंगी है गुणी मनुखा की आदत, तो साड़िया आवाजा तीजे हाले सुन जाती, क्योंकि बहुता बोलन वाला भांडा बोलता ही वह है जिहड़ा अंदरों खाली होवे। ढोल वजदा सारे जहान सुनता तो उन्होंने वेख रूप जमी खाली है, तो कणक का ढोल भरिया आटे दावे खड़का के वेखो तुम्हें भी नहीं सुनता, क्योंकि भरिया हो जी चीज भरी है उसकी आवाज नहीं होती। तो जे साडिया आवाजा उच्चिया ने हाई पिछते नहीं, असं बहुता चीकते हैं बहुता बोलते हैं, मतलब अजे साडे अंदर बंदगी का कणका है नहीं। ज्यो ज्यो बंदगी आती जाती त्यों त्यों आवाज की गति धीमी बोल मिठे हो जाते हैं। गुरु अंगद के पातशाह सहज ना बोलते सहज, माता की भी सन्मुख बैठे आ नेत्रां चो ये सब वेख विराग आ रहा है। ये नहीं उन्हें सोचा भी मेरे पति ने मेरे पुत्रां नूं हाथ क्यों नहीं दिता, दुनियावी मामा का तो इतने जोर लग जाता सारा भी मेरे घर वाले तो बाद सारा कुछ मेरे मुंडे के ना आ जाए, मुंडा भावे छित्तर मारे तू भावे घरे ना बना, ममता तो वो है। पर कदे भी गुरु परिवार में सतगुरां दे धर्म पत्नियां दे जीवन बन के वेखियो, कदे पुत्रां दे पिछे लग के ही नहीं इन्हां नूं कुछ दे दिओ, कदे गिला भी नहीं कीता भी ये वस्तु तो सेवक दी है। जितन भाई लहणा जी नूं गुरगद्दी बख्शिश कीती है, बीबी सुलखनी ने तो एक बार भी नहीं कहा सतगुरु जी पुत्र मेरे खाली करते तुसीं गुरगद्दी सेवक हो गए जी। ਤੇ ਜੇ ਸੱਚੀ ਅੱਜ ਕਿਸੇ ਬਾਬੇ ਦੀ ਘਰ ਵਾਲੀ ਹੁੰਦੀ ਉਹਨੇ ਬਾਬਾ ਘਰੇ ਨਹੀਂ ਸੀ ਬਣਾ ਦੇਣਾ, ਆਖੋ ਸਤਨਾਮ ਵੀ ਤੂੰ ਇੱਧਰ ਕਿੱਧਰ ਨੂੰ ਚੱਕੀ ਫਿਰਦਾ ਹੋਵੇ, ਸਭ ਤੋਂ ਪੁੱਛੇ ਬਿਨਾਂ ਕਰਦੀ ਕਿਵੇਂ ਆ ਗਿਆ। ਉਹ ਬਾਤ ਨਹੀਂ ਅੱਜ ਦੀ ਕਿਸੇ ਦੀ, ਕੋਈ ਆਪਣੀ ਘਰ ਵਾਲੀ ਦੇ ਸਾਹਮਣੇ ਸਾਂਹ ਕਰ ਇਹ ਸੱਚੀਆਂ ਗੱਲਾਂ। ਜਿੱਡੇ ਮਰਜ਼ੀ ਤੁਸੀਂ ਬਾਹਰ ਡੀ ਸੀ ਬਣੋ ਜਾ ਕੇ ਬਣੇ ਫਿਰੋ ਰੌਲਾ ਪਾਉਂਦੇ, ਬੜੀ ਜਨਾਨੀ ਅੱਖਾਂ ਜੀਆਂ ਕੱਢਦੀਆਂ ਨੇ ਚਲੋ ਚੁੱਪ ਕਰਕੇ ਪਤਾ ਝੱਲ ਨੂੰ ਭਜਿਆ ਜਾਂਦਾ। ਹਾਲਾਤ ਅੱਜ ਇਹ ਨੇ ਸੰਸਾਰ ਦੇ, ਪਰ ਵੇਖੋ ਐਡਾ ਸਤਿਕਾਰ ਸੀ ਬੀਬੀ ਸੁਲੱਖਣੀ ਕਿੱਦਾਂ ਦਿੰਦੀ ਆ। ਗੁਰੂ ਅੰਗਦ ਦੇ ਪਾਤਸ਼ਾਹ ਦੇ ਧਰਮ ਪਤਨੀ ਬੈਠੇ ਆ, ਉਹਨਾਂ ਨੇ ਇਹ ਨਹੀਂ ਕਿਹਾ ਮਹਾਰਾਜ ਮੇਰੇ ਦੋ ਪੁੱਤ ਕੋਲ ਬੈਠੇ ਆ ਕੋਠੀਆਂ ਜਿੱਡੇ ਇਹਨਾਂ ਨੂੰ ਵੇਖੋ ਗੱਦੀ, ਰੌਲਾ ਨਹੀਂ ਪਾਇਆ। ਅੱਜ ਦੇ ਸਮੇਂ ਤੁਸੀਂ ਡੇਰਿਆਂ 'ਚ ਵੇਖਦੇ ਹੋ ਨਾ, ਉਹ ਜਿੱਦਣ ਕੋਈ ਮਾੜੀ ਮੋਟੀ ਦਸਤਾਰ ਜੀ ਕੋਈ ਬਾਬਾ ਇੱਕ ਅੱਧਾ ਗੱਡੀ ਚੜ੍ਹ ਜਾਂਦਾ ਦਿੰਦੇ ਉਹ ਪਹਿਲਾਂ ਤਾਂ ਟੱਪਰੇ ਨਹੀਂ ਖੜ੍ਹ ਛੱਡਦਾ ਵੀ ਜੇ ਥੋੜ੍ਹਾ ਮਰਿਆ ਤਾਂ ਅੱਗੇ ਵਾਲਾ ਬੈਠੂਗਾ। ਜੇ ਗਲਤੀ ਨਾਲ ਕੋਈ ਸੇਵਕ ਨੂੰ ਦੇਤੀ ਤੇ ਟੱਬਰ ਆਪਣਾ ਗੁਰਦੁਆਰਾ ਬਣਾ ਦਿੰਦਾ, ਆਪਣਾ ਡੇਰਾ ਖੜਾ ਕਰ ਲੈਂਦੇ ਆ। ਫਿਰ ਉਹਨੂੰ ਕੀ ਕਹਿੰਦੇ ਅਸੀਂ ਵੀ ਇਹ ਫਲਾਣੇ ਡੇਰੇ ਦੀ ਬ੍ਰਾਂਚ ਹੈ ਤੇ ਉਹਨਾਂ ਚੋਂ ਹੀ ਨੇ, ਪਰ ਇਹ ਤੁਹਾਡਾ ਥੋੜਾ ਜਿਹਾ ਹੋਰ ਹੈ। ਕੱਲਾ ਸਿੱਖ ਨਹੀਂ ਜਿਹੜੇ ਮਰਜ਼ੀ ਧਰਮ ਨੂੰ ਚਲੇ ਜਾਓ, ਆ ਬ੍ਰਾਂਚਾਂ ਬਰੂਚਾਂ ਦੀਆਂ ਦਰਖਤਾਂ ਨਹੀਂ ਹੁੰਦੀਆਂ ਨੇ ਨਾ, ਬ੍ਰਾਂਚ ਕੀ ਨੂੰ ਕਹਿੰਦੇ ਸ਼ਾਖ ਸ਼ਾਖਾਂ ਸਾਡੇ ਵੀ ਇੱਕ ਜੰਮਦਾ ਹੈ ਉਹ ਤੋਂ ਬਾਅਦ ਅੱਗੇ 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 ਜਿੱਥੇ ਕੋਈ ਚੇਲਾ ਬਾਲ ਕਰ ਰਿਹਾ ਹੁੰਦਾ ਉਹ ਆਪਣੇ ਉਸੇ ਨਾਂ 'ਤੇ ਕੰਮ ਸ਼ੁਰੂ ਕਰ ਦਿੰਦਾ, ਉਹਨਾਂ ਨੂੰ ਟੱਕਰ ਦੇਣ ਲੱਗ ਪੈਂਦਾ। ਪਰ ਇਹਨਾਂ 'ਚੋਂ ਇਹ ਦੱਸੋ ਵੀ ਬੰਦਗੀ ਦੀ ਸ਼ਾਖ ਕਿਹਨੇ ਲੱਗੀ ਹੈ, ਨਾਮ ਕਿਹਨੇ ਜਪਾਇਆ, ਅੰਮ੍ਰਿਤ ਕਿਹਨੇ ਕਿਹਨੇ ਛਕਿਆ ਅਤੇ ਕਿਹਨੇ ਕਿਹਨੇ ਨਿਭਾਇਆ, ਅੱਜ ਇਹ ਤੁਹਾਨੂੰ ਬਹੁਤ ਥੋੜ੍ਹਾ ਮਿਲੇਗਾ। ਹੋ ਸਕਦਾ ਇਹ ਗੱਲਾਂ ਕੌੜੀਆਂ ਨੇ ਪਰ ਸੋਚਣ ਵਾਲੀਆਂ ਨੇ, ਆਉਣ ਵਾਲੇ 8-10 ਸਾਲ ਬਾਅਦ ਤੁਹਾਡੇ ਸਾਹਮਣੇ ਆਪਣੀ ਆਪ ਹੀ ਆ ਰਹੀ। ਅੱਜ ਤਾਂ ਆਪਾਂ ਬੋਲ ਰਹੇ ਹਾਂ ਨਾ, ਇਹ ਗੱਲ ਤੁਸੀਂ ਵੇਖਿਆ ਕਰੋਗੇ ਵੀ ਉਦੋਂ ਸੁਣਦੇ ਸੀ ਸੱਚੀ ਨਾਲੇ ਜੋ ਗੱਲਾਂ ਆਪ ਸਾਹਿਬ ਕਥਾ ਵਿੱਚ ਰਿਕਾਰਡਡ ਨੇ ਵੀ ਇਹਨਾਂ ਲੋਕਾਂ ਨੇ ਕੀ ਕੁਛ ਕਰਨਾ ਹੈ, ਵੀ ਗੁਰੂ ਗ੍ਰੰਥ ਸਾਹਿਬ ਬਾਰੇ ਕੀ ਕੁਛ ਕਰਨਗੇ, ਦਸਮ ਗ੍ਰੰਥ ਬਾਰੇ ਕੀ ਕੁਛ ਕਰਨਗੇ, ਜਾਪ ਸਾਹਿਬ ਦੀ ਬਾਣੀ ਬਾਰੇ ਕੀ ਕੁਛ ਕਰਨਗੇ। ਇਹੀ ਕੇਸ ਬਣਦੇ ਸੀ ਆਪਣੇ ਤੋਂ, ਉੱਥੇ ਵੀ ਐਡਵਾਂਸ ਕਥਾ ਕਰਦੇ ਆ, ਇਹਨਾਂ ਨੇ ਆਏ ਕਹਿਤਾ ਦੀ ਮਰਦ ਬਾਰੇ ਆਏ ਕਹਿਤਾ ਦੀ ਅੱਜ ਨਹੀਂ ਹੋ ਰਿਹਾ। ਜਿਹੜੇ ਪੁਰਾਣੇ ਸੁਣਨ ਵਾਲੇ ਸਾਰੇ ਵੇਖਦੇ ਆ ਨਾ, ਕਹਿੰਦੇ ਭਾਈ ਸਾਹਿਬ ਇੰਨੇ ਸਾਲ ਪਹਿਲਾਂ ਗੱਲਾਂ ਕਹਿੰਦੀ ਸੀ ਅੱਜ ਉਹ ਸੱਚੀਆਂ ਹੋ ਰਹੀਆਂ। ਮੈਂ ਕਿਹਾ ਭਾਈ ਇਹ ਤਜਰਬੇ ਆ, ਹੋਰ ਕੋਈ ਮੈਂ ਬ੍ਰਹਮ ਗਿਆਨੀ ਹੈ ਮੇਰੇ ਕੋਲ ਕੱਖ ਨਹੀਂ, ਇਹ ਦਿਸਦਾ ਤੁਹਾਨੂੰ ਕਿਹੜੇ ਪਾਸੇ ਤੁਰੀ ਜਾ। ਅਤੇ ਜੋ ਅੱਜ ਸੁਣ ਰਹੇ ਹੋ ਨੋਟ ਕਰ ਲਓ, ਅੱਜ ਤੋਂ ਪੂਰੇ 6 ਸਾਲ ਬਾਅਦ ਇਹ ਸਭ ਕੁਝ ਤੁਹਾਡੇ ਸਾਹਮਣੇ ਆਊਗਾ, ਬੱਚਾ ਬੱਚਾ ਹੀ ਕਹੂਗਾ ਵੀ ਅਸੀਂ ਲੋਕ ਮੂਰਖ ਸੀ, ਗੁਰੂ ਛੱਡ ਕੇ ਕਿੱਧਰ ਤੁਰੇ ਫਿਰਦੇ, ਹੁਣ ਬਾਣੀ ਦੀ ਗੱਲ ਕਰੀ ਨਾਮ ਦੀ ਗੱਲ ਕਰੀ, ਗੁਰੂ ਸਾਹਿਬਾਂ ਨੇ ਤੇ ਪਰਿਵਾਰ ਪਾਣੀ ਕਰ, ਬਾਬਾ ਦਾਦੂ ਜੀ ਬੈਠੇ, ਦਾਸੂ ਜੀ ਬੈਠੇ, ਮਾਤਾ ਚੁੱਪ ਕਰੇ ਬੈਠੇ, ਕੋਈ ਵੇਖਦੇ ਆ, ਪਰ ਉਹਨਾਂ ਦੇ ਮਨ 'ਚ ਇਹ ਹੈ ਸਤਿਗੁਰੂ ਜੋਤੀ ਜੋ ਸਮਾ ਜਾਣਗੇ ਸੇਵਾ ਕੀ ਮਿਲ ਜਾਣਗੇ। ਉਹ ਇੰਨਾ ਜਾਣਦੇ ਆ ਵੀ ਗੁਰੂ ਅਮਰਦਾਸ ਜੀ ਨੇ ਤੇ ਗੋਇੰਦਵਾਲ ਸਾਹਿਬ ਚਲੇ,
ਖੜੂਰ ਸਾਹਿਬ ਸੰਗਤ ਨੇ ਨਹੀਂ ਆਉਣਾ ਤੇ ਸੇਵਾ ਕਿਵੇਂ ਹੋਊਗਾ? ਖੋ ਸਲਦਾਉ ਇਹ ਬਰਾਗ ਹੈ ਤਾਂ ਸੀ ਮਾਤਾ ਕੀ ਜਦ ਜਦ ਗੁਰੂ ਅੰਗਦ ਦੇ ਪਾਤਸ਼ਾਹ ਦੀ ਮਹਿਮਾ ਹੁੰਦੀ ਆ ਮਾਤਾ ਕੀ ਵੀ ਤੇ ਗੁਣ ਗਾਏ ਜਾਂਦੇ ਆ। ਕਦੇ ਜਾਓ ਗੁਰੂ ਸਾਹਿਬ ਦੀ ਧਰਤੀ ਤੇ ਯਾਤਰਾ ਹੀ ਨਹੀਂ ਮੰਨੀ ਜਾਂਦੀ ਜਦੋਂ ਤੱਕ ਮਾਤਾ ਕੀ ਵੀ ਬਖਸ਼ਾ ਕਰਕੇ ਜਿਹਨਾਂ ਨੂੰ ਪਤਾ ਹੈ ਉਹ ਜਾਣਦੇ ਆ ਗੱਲ ਨਿਮਰਤਾ ਦੀ ਮੂਰਤ ਸਨ ਨਿਮਰਤਾ ਦੀ ਮੂਰਤ ਕਦੇ ਸਤਿਗੁਰਾਂ ਦੇ ਸਨਮੁਖ ਅੱਖ ਧਰ ਕੇ ਨਹੀਂ ਸੀ ਦੇਖਿਆ ਕਦੇ ਨਹੀਂ ਸੀ ਦੇਖਿਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਜਾਣਦੇ ਆ ਵੀ ਇਹ ਕੋਈ ਦਲਿਹਾਵੀ ਮੂਰਤ ਥੋੜਾ ਨੇ ਇਹ ਨਾਮ ਦੀ ਮੂਰਤ ਨੇ ਮਾਤਾ ਕੀ। ਹਾਂ ਪੁੱਤਰਾਂ ਦੇ ਸਤਿਗੁਰਾਂ ਨੇ ਕਿਰਪਾ ਨਹੀਂ ਕੀਤੀ ਵੀ ਜੇ ਗੁਰੂ ਪੁੱਤਰ ਨੇ ਤੇ ਕਿਰਪਾ ਕਰਕੇ ਮਰ ਜਾਣਾ ਤੁਸੀਂ ਮੁੱਕ ਤੋ ਜੋ ਭਾਈ ਨਹੀਂ ਸਤਿਗੁਰਾਂ ਨੇ ਵਿਖਾਇਆ ਇਹ ਭਾਈ ਦੁਨੀਆਂ ਦੇ ਵਿੱਚ ਰੱਬ ਨੂੰ ਪਛਾਣਨ ਵਾਲੇ ਉਹਨਾਂ ਦੇ ਪਰਿਵਾਰ ਵਿੱਚ ਵੀ ਸੀ ਤੇ ਜਿਹਨਾਂ ਨਹੀਂ ਪਛਾਣਿਆ ਉਹ ਘਰੇ ਚੱਲ ਕੇ ਵੀ ਪਛਾਣ ਨਹੀਂ ਸਕੇ। ਆਖੋ ਸਤਿਨਾਮ ਗੁਰੂ ਘਰ ਅਵਤਾਰ ਲੈ ਕੇ ਪ੍ਰਿਥੀ ਚੰਦ ਨੇ ਪਛਾਣ ਲਿਆ ਜੀ ਨਹੀਂ? ਬਾਬਾ ਲਖਮੀ ਦਾਸ ਨੇ ਗੁਰੂ ਨਾਨਕ ਸਾਹਿਬ ਨੂੰ ਪਛਾਣਿਆ ਨਹੀਂ? ਦਾਤੂ ਤੇ ਦਾਸੂ ਜੀ ਕੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਰੱਬ ਪਛਾਣ ਰਹੇ ਆ? ਬਿਲਕੁਲ ਨਹੀਂ। ਕਿਉਂ? ਸਤਿਗੁਰਾਂ ਨੇ ਕਿਹਾ ਪੁਰਖਾ ਸਾਰਾ ਕੁਛ ਦੇ ਰਿਹਾ ਸਭ ਕੁਛ ਦੇ ਪੁੱਤਰ ਉੱਠ ਕੇ ਨਹੀਂ ਬੋਲੇ ਅੰਦਰੋਂ ਅੰਦਰ ਧੁੱਖੀ ਆਗਵਾਂ ਨੂੰ ਸੁਲਗ ਰਹੇ ਨੇ ਵੀ ਪਿਤਾ ਸਾਡੇ ਸਾਨੂੰ ਗੱਦੀ ਕਿਉਂ ਨਹੀਂ ਦਿੰਦੇ? ਵਾਰਸ ਅਸੀਂ ਹਾਂ, ਲੋਕ ਸਾਡਾ ਸਤਿਕਾਰ ਕਰਦੇ ਨੇ, ਸਾਨੂੰ ਤੇ ਲੱਗਦਾ ਵੀ ਇਹ ਗੁਰਗੱਦੀ ਇੱਧਰ ਜਾਊਗੀ ਸੇਵਾਦਾਰ ਉਹਨਾਂ ਲਈ ਤੇ ਗੁਰੂ ਅਮਰਦਾਸ ਸੇਵਾਦਾਰ ਹੀ ਨੇ ਉਹਨਾਂ ਦੀ ਸੋਚ ਆ ਨਾ ਇਹ ਕਿਉਂਕਿ ਉਹਨਾਂ ਨੂੰ ਮਾਣ ਹੈ ਵੀ ਅਸੀਂ ਤੇ ਮਾਲਕ ਦੇ ਹੋਣਾ ਇਹ ਤਾਂ ਸੇਵਾਦਾਰ ਨੇ ਸਾਡੇ ਘਰ ਦੇ। ਪਰ ਗੁਰੂ ਅੰਗਦ ਦੇਵ ਨੂੰ ਪੁੱਛੋ ਵੀ ਕੀ ਗੁਰੂ ਅਮਰਦਾਸ ਸੇਵਾਦਾਰ ਨੇ ਉਹ ਕਹਿੰਦੇ ਨਹੀਂ ਇਹ ਆਪ ਨਿਰੰਕਾਰ ਨੇ। ਆਖੋ ਸਤਿਨਾਮ ਬਸ ਆਹੀ ਫਰਕ ਹੁੰਦਾ ਗੁਰੂ ਤੇ ਦੁਨੀਆਂ 'ਚ ਭਗਤ ਤੇ ਸੰਸਾਰੀਆਂ 'ਚ। ਸਤਿਗੁਰਾਂ ਨੇ ਕਿਹਾ ਪਿਆਰਿਓ ਆਓ ਫਿਰ ਸਿੱਧਾ ਸਲਿਓ ਫਿਰ ਸੰਗਤਾਂ ਨੂੰ ਉਪਦੇਸ਼ ਬਖਸ਼ੋ ਨਰਨ ਹਰਨ ਕੋ ਕਲਿਆਣ ਕਰੋ ਆਪ ਦੇ ਕਰਿਓ ਗਿਆਨ। ਪਰ ਬਾਬਾ ਅਮਰਦਾਸ ਚਰਨਾਂ ਵਿੱਚ ਬੈਠੇ ਕਹਿੰਦੇ ਪਾਤਸ਼ਾਹ ਸਿੰਘਾਸਣ ਦੀ ਤੁਹਾਡੇ ਚਰਨ ਹੀ ਸਿੰਘਾਸਣ ਨੇ। ਵਾਰ ਵਾਰ ਕਹੀਏ ਪਾਤਸ਼ਾਹ ਇੱਡੀ ਨਿਮਰਤਾ ਇੰਨਾ ਕੁਛ ਸਿੱਖਣ ਨੂੰ ਮਿਲਦਾ ਉਹਨਾਂ ਦੀ ਕਥਾ ਕਿੰਨਾ ਪ੍ਰੇਮ ਉਹਨਾਂ ਦੇ ਅੰਦਰ ਉੱਛਲ ਉੱਛਲ ਕੇ ਪੈਂਦਾ ਹੋਣਾ ਸੱਚੇ ਪਾਤਸ਼ਾਹ ਤੁਹਾਡੇ ਚਰਨ ਹੀ ਮੇਰੇ ਲਈ ਸਭ ਕੁਝ ਹਨ। ਪ੍ਰੇਮ ਭਗਤ ਮੈਂ ਹੀਰ ਤੁਮਾਰੀ ਬਸ ਹੈ ਹਿਰਦੇ ਸਮ੍ਰਿਧੀ ਸਾਰੀ। ਮਹਾਰਾਜ ਤੁਹਾਡਾ ਬਖਸ਼ਿਆ ਪ੍ਰੇਮ ਹੀ ਮੇਰੇ ਲਈ ਰਿੱਧੀ ਸਿੱਧੀ ਹੈ, ਇਹੋ ਮੇਰੇ ਲਈ ਕਰਾਮਾਤ ਹੈ, ਇਹੋ ਮੇਰੇ ਲਈ ਜਿਉਣ ਦੇ ਸਵਾਸ ਨੇ। ਤੁਹਾਡੇ ਪ੍ਰੇਮ ਤੋਂ ਬਿਨਾਂ ਸਾਡੀ ਕੋਈ ਹਸਤੀ ਨਹੀਂ। ਆਖੋ ਸਤਿਨਾਮ ਗੁਰੂ ਅੰਗਦ ਦੇਵ ਸਨਮੁਖ ਇਹ ਬਚਨ ਕਹੇ ਗੁਰੂ ਅਮਰਦਾਸ ਜੀ ਨੇ ਵੇਖੋ ਇਹ ਬਚਨ ਜਾਂਦੇ ਕਿੱਥੇ ਆ ਇਹ ਕਿਹੜੀ ਅਵਸਥਾ ਦੇ ਬੋਲ ਲਏ ਵੀ ਪਾਤਸ਼ਾਹ ਤੇਰੇ ਪਿਆਰ ਬਿਨਾਂ ਅਸੀਂ ਕੀ ਕੁਛ ਨਹੀਂ ਸਾਡੀ ਕੋਈ ਹਸਤੀ ਨਹੀਂ ਕੋਈ ਮਰਤਬਾ ਨਹੀਂ। ਐਸੀ ਪੰਚ ਨਾਲੀ ਲੇ ਬੁੱਢੇ ਤੇ ਜਲਦ ਬੀਕ ਉਠੇ ਨੇ ਸਿੰਘਾਸਣ ਤੋਂ ਗੁਰੂ ਅੰਗਦ ਦੇ ਪਾਤਸ਼ਾਹ ਬਾਬਾ ਬੁੱਢਾ ਜੀ ਨੂੰ ਉਠਾਇਆ ਨਾਲ ਕਹਿੰਦੇ ਬੜੇ ਅਦਬ ਦੇ ਨਾਲ ਸ਼੍ਰੀ ਅਮਰਦਾਸ ਜੀ ਨੂੰ ਸਿੰਘਾਸਣ ਦੇ ਉਠਾਇਆ ਹੁਕਮ ਕੀਤਾ ਪੰਜ ਪੈਸੇ ਨਾਰੀਅਲ ਲੈ ਕੇ ਮੰਗਾਇਆ ਗਿਆ। ਗੁਰੂ ਅੰਗਦ ਦੇਵ ਜੀ ਨੇ ਫਿਰ ਨਮਸਕਾਰ ਕੀਤੀ ਨਾਰੀਅਲ ਤੇ ਪੰਜ ਪੈਸੇ ਹੱਥ ਵਿੱਚ ਫੜ ਕੇ ਚਾਰ ਕਰਮਾਂ ਕੀਤੀਆਂ ਨੇ। ਧੰਨ ਅਮਰਦਾਸ ਜੀ ਆ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪ੍ਰਕਰਮਾ ਇੱਕ ਇੱਕ ਕਦਮ ਕਰਦੇ ਨੇਤਰਾਂ 'ਚ ਹੱਥ ਨੂੰ ਵੇਖ ਰਹੇ ਪ੍ਰੇਮ ਦੇ ਉਹਨਾਂ ਨੇ ਕਦੇ ਨਹੀਂ ਜਾਣਿਆ ਮੇਰੇ ਸੇਵਕ ਨੇ ਉਹ ਜਾਣਦੇ ਸੀ ਇਹ ਮੇਰੇ ਗੁਰੂ ਨਾਨਕ ਨੇ ਕਹਿੰਦੇ ਤਿੰਨ ਪ੍ਰਕਰਮਾਂ ਹੋਣਗੀਆਂ ਸੰਗਤਾਂ ਦੀਆਂ ਭਾਵਾਂ ਨੇ ਤੇ ਜਿਨ੍ਹਾਂ ਦੀਆਂ ਪ੍ਰਕਰਮਾਂ ਹੋ ਰਹੀਆਂ ਨੇ ਉਹਨਾਂ ਦੇ ਨੇਤਰ ਭਰੇ ਹੋਏ ਨੇ ਸਾਡੇ ਭਏ ਪ੍ਰਦਰਸ਼ਨ ਦੀਨੇ
ਸ੍ਰੀ ਗੁਰ ਕਰਕੇ ਰੀਤ ਸੁਕੀਨੇ। ਬਾਬਾ ਬੁੱਢਾ ਜੀ ਦੇ ਸਮੇਤ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਝੋਲੀ ਵਿੱਚ 5 ਪੈਸੇ ਨਾਰੀਅਲ ਪਾਏ ਤੇ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ, ਗਲ ਵਿੱਚ ਪਾ ਕੇ ਪੱਲਾ ਗੁਰੂ ਅੰਗਦ ਦੇਵ ਪਾਤਸ਼ਾਹ, ਦੋਨੇ ਹੱਥ ਏਦਾਂ ਜੋੜ ਕੇ ਖੜੇ ਆ ਜਿਵੇਂ ਗੁਰੂ ਅੰਗਦ ਸਿੰਘ ਖੜਦਾ ਹੈ। ਬੇਨਤੀ ਕਰਕੇ ਪਤਾ ਕੀ ਹੈ, ਸੱਚੇ ਪਾਤਸ਼ਾਹ ਕਿਰਪਾ ਰੱਖਿਓ, ਬਖਸ਼ਿਸ਼ ਕਰਿਓ, ਆਪਣਾ ਜਾਣਿਓ, ਆਖੋ ਸਤਿਨਾਮ। ਅੱਡੀ ਜਮਾਤਾਂ ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਬਖਸ਼ ਕੇ ਲੰਮਿਆਂ ਪੈ ਕੇ ਉਸੇ ਤਖ਼ਤ ਦੇ ਅੱਗੇ ਜਿਸ ਤਖ਼ਤ ਤੇ ਸੁਭਾਏਮਾਨ ਹੁੰਦੇ ਸੀ ਨਮਸਕਾਰ ਕੀਤੀ ਹੈ। ਐਸੀ ਪੰਚ ਅਗਾਰੀ ਧਰੇ ਝੋਲੀ ਮੇਂ ਨਲੇਰ ਧਰ ਖਰੇ, ਨਾਰੀਅਲ ਝੋਲੀ ਪਾ ਕੇ ਗਿਆ ਹੈ, ਸਾਡਾ ਸੀਸ ਤੁਹਾਡੇ ਚਰਨਾਂ 'ਚ ਹੈ। ਕੋਈ ਗੁਰੂ ਦੁਨੀਆ ਜੋ ਆਪੇ ਗੁਰੂ ਤੇ ਆਪੇ ਚੇਲਾ ਹੋਵੇ, ਦਸੇ ਪਾਤਸ਼ਾਹ ਸਾਡੇ ਮਾਇਆ ਝੋਲੀ ਪਾ ਕੇ ਕਹਿੰਦੇ ਗਰੀਬ ਨਵਾਜ, ਤਿੰਨੇ ਲੋਕਾਂ ਦੀ ਮਾਇਆ ਤੁਹਾਡੇ ਚਰਨਾਂ ਵਿੱਚ ਹੋਵੇ, ਆਖੋ ਸਤਨਾਮ। ਮੈਂ ਤਨ ਮਨ ਤਨ ਸਭ ਸੌਤ ਗੁਰ ਤੋਂ ਹੁਕਮ ਮੰਨਿਆ, ਤਾਈ ਹੈ ਹੁਕਮ ਕਰੋ ਸਾਨੂੰ ਕੋਈ। ਕਹਿੰਦੇ ਗੁਰੂ ਅਮਰਦਾਸ ਜੀ ਦੇ ਹੱਥ ਜੁੜੇ ਹੋਏ ਸੀ। ਇਸ ਵਰਤਾਰੇ ਨੂੰ ਆਪਾਂ ਕੋਈ ਅੱਖਰ ਨਹੀਂ ਬਣਦਾ ਕੀ ਕਹੀਏ, ਸਪੀਚਲੈਸ ਕਹਿ ਲਓ। ਜਦੋਂ ਬਹੁਤ ਕੁਝ ਕਹਿਣ ਨੂੰ ਹੋਵੇ ਜਾਂ ਬਹੁਤ ਕੁਝ ਕਹਿਣ ਤੋਂ ਬਚਿਆ ਨਾ ਹੋਵੇ, ਉਦੋਂ ਸਾਡੇ ਕੋਲ ਇੱਕ ਇਲਾਜ ਹੁੰਦਾ, ਚੁੱਪ ਹੋ ਕੇ ਵੇਖੀ ਜਾਓ। ਸ਼੍ਰੀ ਅਮਰਦਾਸ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਕੋਈ ਵੇਖ ਕੇ ਹੈਰਾਨ ਨੇ, ਕੀ ਕਹੀਏ ਪਾਤਸ਼ਾਹ, ਮੈਂ ਤੇ ਨਗੋਰਾ ਬਣ ਕੇ ਤੇਰੇ ਦਰ ਤੇ ਆਇਆ ਸੀ। ਜਿਹਨੂੰ ਇੱਕ ਬ੍ਰਾਹਮਣ ਕਹਿੰਦਾ ਸੀ ਉਹ ਤੇਰਾ ਗੁਰੂ ਕੋਈ ਨਹੀਂ, ਤੇਰੇ ਕੋਲ ਬੈਠ ਕੇ ਧਰਮ ਭ੍ਰਿਸ਼ਟ ਹੋ ਗਿਆ, ਤੇ ਅੱਜ ਗੁਰੂ ਅੰਗਦ ਕਹਿੰਦੇ ਆ ਤੇਰੇ ਵਰਗਾ ਜੱਗ ਤੇ ਰੱਬ ਕੋਈ ਨਹੀਂ, ਆਖੋ ਸਤਨਾਮ। ਤੇਰੇ ਦਰੇ ਆਇਆ ਦੁੱਗ ਤੋਂ ਜੂਗਾ, ਤੇਰੇ ਚਰਨਾਂ ਵਿੱਚ ਆਇਆ ਜਮਾਂ ਦੀ ਮਾਰ ਨਹੀਂ ਚੱਲੂਗਾ। ਕਹਿੰਦੇ ਵਾਕਿਆ ਸਤਿਗੁਰਾਂ ਦੀ ਨਿਮਰਤਾ, ਸਤਿਗੁਰਾਂ ਦਾ ਪ੍ਰੇਮ, ਜੀ ਕਰਦਾ ਕੁਰਬਾਨ ਜਾਈਏ। ਪਰ ਬੰਦਨ ਸਿੰਘਾਸਨ ਦੀਨਾ ਸਭ ਸੋ ਬਾਕੋ ਚਰਨ ਕੀਨਾ। ਅਮਰਦਾਸ ਸਿੰਘਾਸਨ ਤੇ ਬੈਠੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਪੂਜੇ ਬੈਠੇ, ਬਦਲੇ ਹੱਥ ਜੋੜ ਕੇ ਕਿਹਾ ਸਤਿਗੁਰੂ ਉੱਪਰ ਆਓ। ਕਹਿੰਦੇ ਇਸ ਗੱਦੀ ਦਾ ਮਾਲਕ ਹੀ ਇਸ ਗੱਦੀ ਤੇ ਸਜੇਗਾ, ਤਖਤ ਹੈ ਤਖਤ ਹੈ ਕੀ ਲਾਇਕ। ਬਦ ਕਹਿੰਦੇ ਜਦ ਉਹ ਜੋਤ ਇਸ ਸਰੀਰ ਵਿੱਚ ਸੀ, ਇਹ ਸਰੀਰ ਸਜਦਾ ਸੀ ਇਸ ਗੱਦੀ ਤੇ, ਅੱਜ ਉਹ ਗੁਰੂ ਨਾਨਕ ਨਿਰੰਕਾਰ ਦੀ ਜੋਤ ਤੁਹਾਡੇ ਵਿੱਚ ਹੈ, ਅਸੀਂ ਆਪ ਸੰਗਤ ਜੈਸੇ ਹਾਂ ਤੇ ਸੰਗਤ ਵਿੱਚ ਹੀ ਬੈਠਾਂਗੇ, ਆਖੋ ਸਤਿਨਾਮ। ਜਿਸ ਦਿਨ ਤੋਂ ਗੁਰੂ ਅਮਰਦਾਸ ਗੁਰਗੱਦੀ ਤੇ ਬੈਠੇ ਨਾ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੇ ਨਹੀਂ ਸਜੇ, ਕਦੇ ਗੱਦੀ ਤੇ ਨਹੀਂ ਬੈਠੇ। ਜਿੱਦਣ ਗੁਰੂ ਨਾਨਕ ਸਾਹਿਬ ਮਰਗ ਨੇ ਗੁਰਗੱਦੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਬਖਸ਼ੀ ਨਾ, ਸੁਣੀ ਤੁਸੀਂ ਸਾਰੀ ਗੱਲ, ਕਰਤਾਰਪੁਰ ਸਾਹਿਬ ਵਿੱਚ ਕਦੇ ਸਿੰਘਾਸਨ ਲਾ ਕੇ ਨਹੀਂ ਬੈਠੇ ਤੇ ਗੁਰੂ ਹੋਏ ਉਹਨੇ ਸਾਨੂੰ। ਕਈ ਵਾਰ ਨਾ ਆਪਾਂ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਕਬੀਲਦਾਰੀ ਦੇ ਦਈਏ, ਪੁੱਤ ਅੱਜ ਤੂੰ ਜ਼ਿੰਮੇਵਾਰ, ਤੂੰ ਸਾਰਾ ਕੁਝ, ਤੂੰ ਕਰਤਾ ਧਰਤਾ, ਇੱਥੇ ਬਹਿ ਕੇ ਖਾਣਾ ਪੀਣਾ, ਲੱਤਾਂ ਬਸਾਰੋਂ ਫਿਰ ਨਹੀਂ ਹੜਦੇ। ਕਹਿੰਦੇ ਉਹ ਆਹ ਤੂੰ ਕਿਵੇਂ ਕਰ ਲਿਆ, ਉਹ ਕਹਿੰਦਾ ਬਾਪੂ ਹੁਣ ਮੈਂ ਕਰਨਾ, ਕਹਿੰਦਾ ਐਵੇਂ ਕਿਵੇਂ ਕਰਨਾ, ਤੂੰ ਤੇ ਸਾਰਾ ਕੁਝ ਥੋੜ੍ਹਾ ਪਤਾ, ਪੁੱਛਿਆ ਕਰ, ਮਰਜ਼ੀ ਕਿਉਂ ਕਰਦਾ। ਵੇਖੂ ਦੇ ਗੁਰੂ ਅਮਰਦਾਸ ਜੀ ਨੂੰ ਤਖ਼ਤ ਤੇ ਬਿਠਾ ਕੇ ਆਪ ਸੰਗਤ ਵਿੱਚ ਪੂਜੇ ਬੈਠ ਗਏ ਤੇ ਬੇਨਤੀ ਕਰਦੇ ਆ, ਕਹਿੰਦੇ ਮਹਾਰਾਜ ਜੇ ਆਗਿਆ ਹੋਵੇ ਸਾਡੇ ਗੁਰੂ ਕੋਲ ਅਸ਼ਕਾਰੀਏ। ਗੁਰੂ ਅੰਗਦ ਦੇਵ ਕਹਿ ਸੁਖ ਸਾਧ ਨਹੀਂ ਹੁੰਦੇ ਤਾਂ ਵੀ ਧੰਨ ਗੁਰੂ ਅਮਰਦਾਸ ਜੀ ਤਖ਼ਤ ਤੇ ਹੋਣ, ਜਿਹੜੇ ਕਦੇ ਸੇਵਕ ਬਣ ਕੇ ਆਏ ਸੀ ਤੇ ਗੁਰੂ ਸਾਹਿਬ ਆਗਿਆ ਮੰਗਦੇ ਹੋਣ ਵੀ ਸੰਗਤ ਦੀ ਸੇਵਾ ਲਈ ਭੋਜਨ ਬਣਾ ਲਈਏ। ਮੇਰੋ ਸਿੱਖ ਪੁੱਤਰ ਕੇ ਦਾਸ ਅੰਤ ਸਮੇਂ ਜੋ ਚੈ ਮਮ ਪਾਸ। ਸਤਿਗੁਰੂ ਕਹਿੰਦੇ ਮੇਰੇ ਪੁੱਤਰ ਮੇਰੇ ਸੇਵਕ ਨੇ। ਗੁਰੂ ਅੰਗਦ ਦੇ ਪਾਤਸ਼ਾਹ ਬੈਠ ਕੇ ਬੈਠੇ, ਪਾਤਸ਼ਾਹ ਇਹਨਾਂ ਭੁੱਲਿਆਂ ਨੂੰ ਵੀ ਗੱਲ ਲਾ ਲਿਓ, ਆਖੋ ਸਤਨਾਮ। ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਦੇ ਆ, ਮੇਰੇ ਪੁੱਤਰਾਂ ਤੇ ਕਿਰਪਾ ਰੱਖਿਓ। ਸੱਚੀ ਕੋਈ ਸ਼ਬਦ ਨਹੀਂ ਹੈ, ਗੁਰੂ ਦੇ ਪੁੱਤਰ ਹੋਵੇ, ਗੁਰੂ ਕਰਤਾ ਹੋਵੇ ਤੇ ਪੁੱਤਰਾਂ ਦੀ ਨਜ਼ਰ 'ਚ ਗੁਰੂ ਅਮਰਦਾਸ ਸੇਵਕ ਨੇ, ਸਿਰਫ ਸੇਵਕ ਜਾਣਦੇ ਆ ਤੇ ਸਤਿਗੁਰੂ ਉਹਨਾਂ ਸੇਵਕਾਂ ਨੂੰ ਮੈਂ ਪੁੱਤਰਾਂ ਦੇ ਰੂਪ ਬੋਲ ਰਿਹਾ, ਇਹ ਕਹਿਣ ਮੇਰੇ ਪੁੱਤਰਾਂ ਤੇ ਤਰਸ ਕਰਿਓ।
ਇਹਨਾਂ ਤੇ ਦਇਆ ਕਰਿਓ, ਇਹਨਾਂ ਨੂੰ ਸਿੱਧੇ ਰਾਹ ਪਾਇਓ। ਇਹ ਨਿਮਰਤਾ ਨਹੀਂ ਜਹਾਨ ਚ ਕਿਤੋਂ ਲੈਣੀ। ਆਖੋ ਸਤਨਾਮ। ਅਸੀਂ ਕਿਤੇ ਬੜਾ ਮੋਟਾ ਨਾ, ਸਾਡਾ ਬਾਪੂ ਕਿਸੇ ਗੁਰਦੁਆਰੇ ਸੇਵਾ ਕਰਦਾ ਹੋਵੇ, ਅਸੀਂ ਪੂਛ ਤੇ ਪੈਰ ਰੱਖਣ ਵਾਲੇ ਕਹਾ ਨਹੀਂ ਸਕਦੇ ਕਿਸੇ ਤੋਂ। ਪਰ ਉਸ ਵੇਲੇ ਸਤਿਗੁਰੂ ਕਹਿੰਦੇ ਆ, ਇਹ ਪੁੱਤ ਭਾਈ ਪਰਿਵਾਰ ਮੇਰਾ, ਮੇਰੀ ਸੰਗਤ ਮੇਰਾ ਪਰਿਵਾਰ ਹੈ। ਗੁਰੂ ਅਮਰਦਾਸ ਪਾਤਸ਼ਾਹ ਇਸ ਸੰਗਤ ਤੇ ਨਜ਼ਰਸਾਨੀ ਕਰਿਓ, ਇਹਨਾਂ ਦੀ ਸੇਵਾ ਲੇਖੇ ਲਾਇਓ। ਪਰ ਗੁਰੂ ਅਮਰਦਾਸ ਮਨ ਦੀ ਨਿਮਰਤਾ ਕਹਿੰਦੇ, ਪਾਤਸ਼ਾਹ ਮੈਂ ਸਿੰਘਾਸਣ ਨਹੀਂ ਬਹਿਣਾ। ਸਤਿਗੁਰੂ ਕਹਿੰਦੇ, ਨਹੀਂ ਤੁਸੀਂ ਗੁਰੂ ਹੋ, ਤੁਸੀਂ ਪਰਮਾਤਮਾ ਹੋ, ਗੁਰੂ ਨਾਨਕ ਦਾ ਸਰੂਪ ਹੋ। ਹੁਣ ਹੁਕਮ ਕਰਿਆ ਕੋਈ ਸੰਗਤ ਤੁਹਾਡੀ ਹੈ, ਸੋ ਸਭ ਉਠੋ ਬੰਦਨਾ ਤੁਹਾਨੂੰ, ਨਹੀਂ ਅਪਰ ਬਿਦ ਮਨ ਮੇਂ ਆਨੋ। ਗੁਰ ਗੱਦੀ ਬਖਸ਼ਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਗਲ ਵਿੱਚ ਪੱਲਾ ਪਾਇਆ, ਆਮ ਸਿੱਖ ਵਾਂਗ ਖੜੇ ਹੋ ਕੇ ਭਰੀ ਸੰਗਤ ਨੂੰ ਆਖਿਆ, ਸੰਗਤ ਜੀ ਉਠੋ। ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰੂ ਜਾਣ ਦਾ ਨਮਸਕਾਰ ਕਰੋ, ਆਖੋ ਸਤਨਾਮ। ਪ੍ਰੇਮ ਬੇਟਾ ਕਹਿੰਦੇ, ਸਾਰੀ ਸੰਗਤ ਬੈਠੀ ਹੈ, ਅੱਜ ਉਹ ਗੁਰੂ ਜਿਹੜੇ ਤਖਤਾਂ ਦੇ ਮਾਲਕ ਨੇ, ਇੱਕ ਸੇਵਕ ਬਣ ਕੇ ਬੇਨਤੀ ਕਰ ਰਹੇ ਵੀ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕਰੋ। ਕਿ ਸਤਿਗੁਰੂ ਨੇ ਕਹਿੰਦੇ ਪੁੱਤਰਾਂ ਨੇ ਸੀਸ ਨੀਵਾ ਕਰ ਲਿਆ, ਪਤਾ ਕੀ ਸੋਚਦੇ ਆ, ਇਹ ਤੇ ਸਾਡੇ ਪਿਤਾ ਦੇ ਸੇਵਕ ਨੇ, ਅਸੀਂ ਕਿਉਂ ਮੱਥਾ ਟੇਕੀਏ। ਸਮਾਂ ਸਮਾਪਤ ਜਿਵੇਂ ਸਾਹਿਬ ਕਿਰਪਾ ਕਰਨਗੇ, ਕੱਲ੍ਹ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।